ਸਵਾਗਤ ਹੈ ਜੀ ਤੁਹਾਡਾ ਮੁੜ ਤੋਂ ਰੇਡੀਓ ਵਰਸੈਨ ਜ਼ੈਡ 107 FM ਪ੍ਰੋਗਰਾਮ ਸਿੱਖ ਪਾਤਸ਼ਾਹੀ ਵਿੱਚ ਆਪਾਂ ਅੱਧਾ ਘੰਟਾ ਹੋ ਰਹਿ ਗਏ ਹਾਂ ਜੀ ਅਤੇ ਉਨ੍ਹਾਂ ਚਿਰ ਕੋਸ਼ਿਸ਼ ਕਰਦੇ ਹਾਂ ਆਪਾਂ ਹਰਜਿੰਦਰ ਸਿੰਘ ਦਲਗੀਰ ਹੋਰਾਂ ਦੀ ਜਿਹੜੀ ਵੀਡੀਓ ਸੀ ਉਹ 'ਤੇ ਥੋੜ੍ਹੀ ਬਹੁਤੀ ਗੱਲ ਕਰਨ ਦੀ ਜਿੰਨੀ ਕੁ ਬਚ ਗਈ ਜੇ ਕੁਛ ਨੁਕਤਾ ਰਹਿ ਗਿਆ ਉਹਦੇ ਵਿੱਚੋਂ ਗਲਤਾਂ ਕੋਈ ਖਾਸ ਉਹਨਾਂ ਨੇ ਨਹੀਂ ਕੀਤੀ ਆਪਣਾ ਸਿਰਫ ਵਿਧਵਤਾ ਦਾ ਜਿਹੜਾ ਜਨਾਜ਼ਾ ਉਹਨਾਂ ਦਾ ਉਹੀ ਕੱਢਿਆ ਜਿਹੜਾ ਅਕਸਰ ਆਪਾਂ ਸਾਰਿਆਂ ਦੇ ਵਿੱਚ ਸਾਰੇ ਸਕੋਲਰਾਂ ਦੇ ਵਿੱਚ ਦੇਖਦੇ ਆ ਰਹੇ ਹਾਂ ਅਤੇ ਉਹ ਇੱਕ ਲੜੀ ਆ ਹਰੇਕ ਬੰਦਾ ਕਾਲਾ ਪਿਆ ਆ ਅੱਗੇ ਤੋਂ ਅੱਗੇ ਹਰੇਕ ਵਿਦਵਾਨ ਜਿਹੜਾ ਆ ਉਹ ਇਹ ਦੱਸਣ ਦੇ ਲਈ ਵੀ ਮੈਨੂੰ ਫਿਕਰ ਬਹੁਤ ਆ ਕੌਮ ਦਾ ਪਰ ਇਹ ਕਰਨ ਤੋਂ ਪਛੜ ਰਿਹਾ ਆ ਜਿਹਦੇ ਰਾਹੀਂ ਇਹ ਸਾਬਤ ਹੋ ਜਾਏ ਵੀ ਇਹਨੂੰ ਫਿਕਰ ਆ ਹਾਂਜੀ ਠੀਕ ਹੈ ਜੀ ਬਿਲਕੁਲ ਇਹ ਦੱਸਣਾ ਵੀ ਮੈਨੂੰ ਫਿਕਰ ਬਹੁਤ ਆ ਇਹ ਜ਼ਰੂਰੀ ਸਮਝਿਆ ਜਾ ਰਿਹਾ ਆ ਇਹਦੇ ਨਾਲੋਂ ਵੀ ਮੈਂ ਕਰਕੇ ਦਿਖਾਵਾਂ ਵੀ ਲੋਕ ਕਹਿਣ ਪਿਆ ਬੰਦਾ ਜਿਹੜਾ ਕੰਮ ਕਰਿਆ ਜਾ ਰਿਹਾ ਉਹਨੂੰ ਤਾਂ ਫਿਕਰ ਬਹੁਤ ਆ ਇਹਨੂੰ ਫਿਕਰ ਬਹੁਤ ਆ ਠੀਕ ਆ ਚਾਹੀਦਾ ਇੱਦਾਂ ਆ ਹੁਣ ਪੰਜਵੇਂ ਪਾਤਸ਼ਾਹ ਦਾ ਤਵੀ ਤੇ ਬਹਿਣਾ ਇਹ ਸਾਬਤ ਕਰਦਾ ਵੀ ਦੁਨੀਆਂ ਕਹਿੰਦੀ ਵਿਚਾਰੇ ਨੂੰ ਫਿਕਰ ਬਹੁਤ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਲਈ ਕਿੱਦਾਂ ਬੀੜਾ ਚੁੱਕਿਆ ਇਹਨੂੰ ਦਿਸਿਆ ਨੀ ਸਾਹਮਣੇ ਕਿੱਡੀ ਵੱਡੀ ਸਲਤਨਤ ਆ ਜਿਹੜੀ ਵੀ ਨਹੀਂ ਬਾਕੀ ਫਿਕਰ ਬਹੁਤ ਆ ਇਹਨੂੰ ਕੌਮ ਦਾ ਬਿਲਕੁਲ ਉਹ ਜਿਹੜਾ ਨਾ ਅਸੀਂ ਕਹਿੰਦੇ ਦੁਨੀਆਂ ਗੱਲ ਨੀ ਸੁਣਦੀ ਮੈਂ ਇੰਨੀਆਂ ਸਿਆਣੀਆਂ ਗੱਲਾਂ ਕਰੀ ਜਾਂਦਾ ਮੇਰੀ ਗੱਲ ਨੀ ਸੁਣਦੀ ਗੱਲਾਂ ਦੇਖੋ ਜੇ ਨਾ ਤੁਸੀਂ ਸਿਆਣੀ ਗੱਲ ਕਰੂੰਗੇ ਤੇ ਅਗਲੇ ਦੇ ਕੰਨਾਂ ਤੱਕ ਪਹੁੰਚ ਜਾਣੀ ਆ ਜੇ ਸਿਆਣਾ ਕੰਮ ਕਰੂੰਗੇ ਜਿਹੜੀ ਗੱਲ ਕਹਿ ਰਹੀ ਆ ਉਹਨੂੰ ਕਮਾਉਂਗੇ ਜਦੋਂ ਤੁਹਾਡੇ ਅੰਦਰੋਂ ਦਿਸੀ ਉਹ ਫਿਰ ਜਿਹੜਾ ਮੂਹਰੇ ਸੁਣਨੇ ਵਾਲਾ ਆ ਉਹਦੇ ਜੀਵਨ ਤੇ ਅਸਰ ਕਰੂਗੇ ਬਿਲਕੁਲ ਜੀ ਸਹੀ ਗੱਲ ਜੀ ਠੀਕ ਆ ਹੁਣ ਉਸੇ ਅਨੁਪਾਤ ਵਿੱਚ ਉਹ ਅਗਲਾ ਨਿਸ਼ਾਵਰ ਹੋਣ ਲਈ ਤਿਆਰ ਹੁੰਦਾ ਹੈ ਹੁਣ ਇਹ ਇਹ ਕਹਿਣ ਨਾਲ ਨਹੀਂ ਸਰ ਜਾਣਾ ਗੱਲ ਇਹ ਗੱਲ ਵੱਖਰੀ ਆ ਵੀ ਜਿਹੜਾ ਜਜ਼ਬਾਤ ਆ ਨਾ ਜਿੱਦਾਂ ਜਿੱਦਾਂ ਉਹ ਦਬਾਇਆ ਜਾ ਰਿਹਾ ਆ ਹਾਂਜੀ ਠੀਕ ਆ ਉਹਨੂੰ ਗੱਲ ਇੰਟੈਲੀਜੈਂਸੀ ਜਿਹੜੀ ਆ ਜਿਹੜਾ ਗਿਆਨ ਆ ਉਹ ਲਾਭਦਾਇਕ ਤਾਂ ਹੀ ਆ ਜੇ ਇਮੋਸ਼ਨਲੀ ਇੰਟੈਲੀਜੈਂਟ ਹੋਈਏ ਅਸੀਂ ਠੀਕ ਹੈ ਜਜ਼ਬਾਤ ਨੂੰ ਮਾਰ ਕੇ ਨਾ ਹੋਈਏ ਕਿਉਂਕਿ ਜਿਹੜੀ ਤਾਕਤ ਬਣਨੀ ਆ ਨਾ ਉਹ ਸਾਰੀ ਸਾਰੀ ਦੀ ਸਾਰੀ ਜਿਹੜੀ ਆ ਉਹ ਉਹ ਜਜ਼ਬਾਤ ਨੇ ਬਣਨਾ ਠੀਕ ਹੈ ਜੀ ਠੀਕ ਆ ਜਿੱਦਾਂ ਹੁਣ ਗੱਡੀ ਦੇ ਵਿੱਚ ਜਿਹੜਾ ਗੇਅਰ ਬਾਕਸ ਦਾ ਤਾਂ ਰੇਸ ਦਾ ਕੰਮ ਆ ਉਹ ਜਜ਼ਬਾਤ ਦਾ ਕੰਮ ਆ ਠੀਕ ਹੈ ਜੀ ਠੀਕ ਆ ਜਿਹੜਾ ਸਟੀਅਰਿੰਗ ਦਾ ਕੰਮ ਆ ਉਹ ਗਿਆਨ ਦਾ ਆ ਠੀਕ ਹੈ ਜੀ ਠੀਕ ਆ ਵੀ ਮੁੜਨਾ ਕਿੱਧਰ ਨੂੰ ਗਿਆਨ ਨੇ ਇਹ ਦੱਸਣਾ ਹੈ ਵੀ ਹੁਣ ਇੱਧਰ ਨੂੰ ਮੁੜ ਇੱਧਰ ਨੂੰ ਮੁੜ ਜਦੋਂ ਸੰਘਰਸ਼ ਹੁੰਦੇ ਆ ਉਹ ਚ ਸਾਡੇ ਗਿਆਨ ਨੇ ਇਹ ਦੱਸਣਾ ਹੈ ਵੀ ਹੁਣ ਆਹ ਪਿੰਤੜਾ ਲੈ ਲਓ ਪਰ ਉਹ ਪਿੰਤੜਾ ਲੈ ਕੇ ਕਰਨਾ ਕਿੱਦਾਂ ਆ ਕਿਵੇਂ ਆ ਉਹ ਉਹ ਜਜ਼ਬਾਤ ਨਹੀਂ ਕਰਨਾ ਠੀਕ ਹੈ ਜੀ ਜਿਹਦੇ ਅੰਦਰ ਉਹ ਜਜ਼ਬਾਤ ਹੈ ਨੀ ਜੇ ਹੁਣ ਵੀਹ ਆਗੂ ਇਕੱਠੇ ਬਹਿ ਗਏ ਸਾਰੇ ਗਿਆਨੀ ਆ ਤੇ ਸਾਰਿਆਂ ਨੇ ਇਹ ਦੱਸੀ ਜਾਣਾ ਵੀ ਇੱਦਾਂ ਕਰੋ ਇੱਦਾਂ ਕਰੋ ਉਹਨੂੰ ਫਿਰ ਰੌਲਾ ਪਾਈ ਜਾਣਾ ਅਸੀਂ ਪ੍ਰੋਗਰਾਮ ਤਾਂ ਦੇ ਦਿੱਤਾ ਅਸੀਂ ਤਾਂ ਕਹਿ ਦਿੱਤਾ ਵੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਜਿੱਤੋ ਇਹ ਜਿੱਤਦਾ ਹੀ ਨੀ ਅੱਜ ਸਾਰੇ ਬੰਦੇ ਜਿਹਨਾਂ ਦੀ ਇਹ ਸਹਿਮਤੀ ਵੀ ਆ ਨਾ ਪੰਥਪ੍ਰੀਤ ਵੀ ਆ ਇਹ ਦਲਗੀਰ ਵੀ ਆ ਜਿਹਨਾਂ ਦੀ ਇਹ ਸਹਿਮਤੀ ਵੀ ਆ ਵੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਜਿਹੜੀ ਆ ਉਹ ਲੜਨੀ ਚਾਹੀਦੀ ਆ ਉਵੇਂ ਇਹ ਕਹੀ ਜਾ ਰਹੇ ਆ ਵੀ ਜੇ ਆਹ ਕਰ ਲਈਏ ਤੇ ਆਹ ਹੋ ਜਾਵੇ ਚਾਹੀਦਾ ਇਹਨਾਂ ਨੂੰ ਇਹ ਇੱਕ ਪੋਲੀਟੀਕਲ ਪਾਰਟੀ ਖੜੀ ਕਰਨ ਪਾਰਟੀ ਦਾ ਢਾਂਚਾ ਬਣਾਉਣ ਉਹਦੇ ਵਿੱਚ ਸਾਰੇ ਲੋਕਾਂ ਦੇ ਮੋਹਰੇ ਰੱਖਣ ਵੀ ਦੇਖੋ ਸ਼੍ਰੋਮਣੀ ਕਮੇਟੀ ਦਾ ਸਟਰਕਚਰ ਆ ਆ ਇਹਦੇ ਚ 90 ਜਾਂ 100 ਜਾਂ 150 ਮੈਂਬਰ ਇਲੈਕਟ ਹੁੰਦਾ ਇਹ ਏਰੀਏ ਆ 80 ਏਰੀਆ ਤੇ ਜੇ ਅਸੀਂ ਟਾਰਗੇਟ ਕਰ ਲਈਏ ਇਹਦੇ ਵਿੱਚੋਂ ਸਿਰਫ 20,000 ਵੋਟ ਚਾਹੀਦੀ ਆ ਸਾਨੂੰ ਇਹਨਾਂ 10 ਏਰੀਆ ਦੇ ਵਿੱਚ ਪੰਥਪ੍ਰੀਤ ਦਾ ਪ੍ਰਚਾਰ ਬਹੁਤ ਜ਼ਿਆਦਾ ਆ ਇਹ 10 ਮੈਂਬਰ ਤਾਂ ਪੱਕੇ ਆ ਸਾਡੇ ਜੇ ਅਸੀਂ ਪਹਿਲੀ ਇਲੈਕਸ਼ਨ 40 ਵੀ ਟਾਰਗੇਟ ਕਰ ਲਈਏ ਤੇ ਅਸੀਂ ਇੰਨਾ ਦਬਾਅ ਪਾ ਸਕਦੇ ਹਾਂ ਬਿਲਕੁਲ ਹੁਣ ਜਿਹੜਾ ਜਿਹੜਾ ਭੌਰ ਹੋਣ ਵਾਲਾ ਗਰੁੱਪ ਆ ਉਹਨਾਂ ਦੇ 15-20 ਮੈਂਬਰ ਆ ਠੀਕ ਹੈ ਮੰਨ ਲਓ 60 ਮੈਂਬਰ ਚਾਹੀਦੇ ਤੁਹਾਨੂੰ ਤੁਸੀਂ 45 ਮੈਂਬਰ ਕਰ ਲਓ ਬਿਲਕੁਲ ਮਤਲਬ ਉਹਨੂੰ ਉਹਦਾ ਸ਼੍ਰੋਮਣੀ ਕਮੇਟੀ ਦਾ ਸਟਰਕਚਰ ਕਿੱਦਾਂ ਦਾ ਆ ਵੀ ਕਿੰਨੇ ਸੈਕਟਰੀ ਆ ਕਿੰਦਾ ਕਿੱਦਾਂ ਪ੍ਰਧਾਨ ਆ ਉਹਦਾ ਵਾਈਸ ਪ੍ਰਧਾਨ ਆ ਹਨਾ ਕੀ ਉਹਨਾਂ ਦਾ ਕਾਰਜ ਖੇਤਰ ਆ ਕਿੰਨੀਆਂ ਤਨਖਾਹਾਂ ਆ ਕਿੰਨਾ ਖਰਚਾ ਆ ਹਨਾ ਫਿਰ ਪੋਲੀਟੀਕਲ ਪਾਰਟੀ ਲਈ ਕੀ ਚਾਹੀਦਾ ਉਹ ਸਟਰਕਚਰ ਬਣਾ ਕੇ ਤਾਂ ਲੋਕਾਂ ਮੂਹਰੇ ਸਿੱਟ ਦਿਓ ਤੁਸੀਂ ਬਿਲਕੁਲ ਜੀ ਬਿਲਕੁਲ ਫਿਰ ਤੁਸੀਂ ਕਹੋ ਪਿਆ ਹੁਣ ਵੋਟਾਂ ਪਾਓ ਸਾਨੂੰ ਪਰ ਨਹੀਂ ਇਹ ਸਾਰੇ ਜਾਣੀ ਇਹ ਬਸ ਦੱਸਣੇ ਵਾਲੇ ਵੀ ਇੱਧਰ ਨੂੰ ਮੋੜ ਲਓ ਇੱਧਰ ਨੂੰ ਮੋੜ ਲਓ ਬਾਕੀ ਕਰੇ ਹੋਰ ਕੋਈ
ਬਿਨਾਂ ਵਿਆਹ ਤੋਂ ਕੰਮ ਖਰਾਬ ਕਰਨਾ ਹੋਰ ਔਰ ਪੰਗਾ ਜਿਹੜਾ ਵੱਡਾ ਪੰਗਾ ਆ ਉਹ ਇਹ ਆ ਵੀ ਬਿਨਾਂ ਪਲੈਨ ਤੋਂ ਨਾ ਇਹ ਕਾਰਜ ਕਰੀ ਜਾ ਰਹੇ ਆ। ਜਿਹੜੀ ਗੱਲ ਉਹ ਕਪੂਰ ਨੇ ਕਹੀ ਸੀ ਨਾ ਵੀ ਜਿਹੜਾ ਵੀ ਬੰਦਾ ਕਿਸੇ ਕੰਮ ਦੇ ਮੌਕੇ ਵਿਉਂਤ ਨੂੰ ਫੋਲੋ ਕਰਨ ਤੋਂ ਬਿਨਾਂ ਪਲੈਨਿੰਗ ਨੂੰ ਫੋਲੋ ਕਰਨ ਤੋਂ ਬਿਨਾਂ ਕੰਮ ਕਰੂਗਾ ਉਹ ਅਗਲੇਰੇ ਕਾਰਜ ਦੇ ਰਾਹ ਦੀ ਰੁਕਾਵਟ ਬਣੂਗਾ। ਬਿਲਕੁਲ ਇਹ ਉਹ ਕੰਮ ਕਰ ਰਹੇ ਜਿਹੜਾ ਚੱਲ ਰਿਹਾ ਉਹ ਵੀ ਰੋਕ ਦੇਣਗੇ। ਹਾਂ ਠੀਕ ਹੈ, ਜਿਹੜਾ ਇਹਨਾਂ ਤੋਂ ਪਿਛਲੇ ਨੇ ਕਰਨਾ ਸੀ ਨਾ ਉਹਦੇ ਲਈ ਔਖਾ ਕਰ ਰਹੇ ਆ। ਠੀਕ ਹੈ ਠੀਕ ਹੈ, ਪਰ ਚਲੋ ਆਪਾਂ ਸੁਣ ਲੈਂਦੇ ਹਾਂ ਜੀ। ਪਰ ਸੁਣਨ ਤੋਂ ਪਹਿਲਾਂ 0108 ਦੇ ਉੱਤੇ ਸਾਡੇ ਨਾਲ ਇੱਕ ਸਰੋਤੇ ਆ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਭਾਜੀ, ਇੰਦਰ ਜੀ ਬੋਲਦਾ ਕੈਲੀਫੋਰਨੀਆ, ਤੁਹਾਨੂੰ ਸਾਰੇ ਸਰੋਤਿਆਂ ਨੂੰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ? ਬਸ ਠੀਕ ਠਾਕ ਵਧੀਆ ਭਾਜੀ, ਤੁਸੀਂ ਸੁਣਾਓ ਭਾਜੀ। ਮੈਂ ਵੀ ਹੋਈ ਜਿਹੜੀ ਤੁਸੀਂ ਹੁਣੇ ਗੱਲ ਕਰਦੇ ਸੀਗੇ ਵੀ ਪ੍ਰਚਾਰਕ ਬਹੁਤ ਜ਼ਿਆਦਾ ਭਾਜੀ, ਇਹ ਕਈ ਵਾਰੀ ਤਾਂ ਆਪਾਂ ਨੂੰ ਇੱਦਾਂ ਵੀ ਭੁਲੇਖਾ ਪੈ ਜਾਂਦਾ ਭਾਜੀ ਸਰੋਤਿਆਂ ਨੂੰ ਜਾਂ ਸੁਣਨੇ ਵਾਲੇ ਨੂੰ ਨਾ, ਕਈ ਵਾਰੀ ਪ੍ਰਚਾਰਕ ਸਾਨੂੰ ਅਰਥ ਦੱਸਦੇ ਆ, ਆਪਾਂ ਕਦੀ ਪੜ੍ਹੇ ਨੀ ਹੁੰਦੇ, ਸਾਨੂੰ ਲੱਗਦਾ ਪਤਾ ਨੀ ਕਿੰਨਾ ਕੁ ਗਿਆਨ ਆ, ਜਦਕਿ ਉਹਦਾ ਪ੍ਰੈਕਟੀਕਲ ਸਾਨੂੰ ਪਤਾ ਨੀ ਹੁੰਦਾ ਉਸ ਵੇਲੇ, ਉਹ ਸਾਨੂੰ ਨੀ ਪਤਾ ਹੁੰਦਾ, ਸਾਨੂੰ ਏਦਾਂ ਲੱਗਦਾ ਵੀ ਪਤਾ ਨੀ ਵੀ ਇਹ ਵੀ ਕੀ ਚੀਜ਼ ਦੱਸ ਦਿੱਤੀ ਸਾਨੂੰ, ਜਦਕਿ ਉਹ ਕਈ ਵਾਰੀ ਨੋਰਮਲ ਗੱਲ ਹੁੰਦੀ ਹੈ ਜ਼ਿੰਦਗੀ, ਜਿੱਦਾਂ ਤੁਸੀਂ ਦੱਸਦੇ ਨਾ ਭਾਜੀ, ਤੁਸੀਂ ਕਈ ਵਾਰੀ ਸ਼ਬਦ ਪੂਰਾ ਅਰਥ ਵੀ ਨੀ ਕੁਛ ਦੱਸਦੇ, ਪਰ ਉਹ ਜਿਹੜਾ ਪੁਆਇੰਟ ਦੱਸਦੇ ਆ ਉਹ ਹੁੰਦਾ ਆ ਅਸਲੀ, ਜਿੱਦਾਂ ਦਿਮਾਗ ਚ ਪੜਦਾ ਆ ਉਹ ਅਰਥ ਤਾਂ ਸਾਫ ਸਿੰਘ ਨੇ ਕਰ ਦਿੱਤੇ ਉਹ ਆ, ਅਰਥ ਤਾਂ ਬਹੁਤ ਸਾਰੀਆਂ ਐਪਾਂ ਦੇ ਵਿੱਚ ਪਏ ਆ, ਵੈਬਸਾਈਟਾਂ ਤੇ ਪਏ ਆ, ਉਹ ਤਾਂ ਕਿਸੇ ਨੇ ਵੀ ਪੜ੍ਹ ਲੈਣੇ ਆ। ਉਹੀ ਨਾ ਬਾਈ, ਅੱਜ ਕਈ ਬੰਦੇ ਹੁਣ ਜਿੱਦਾਂ ਮੈਂ ਲਾ ਲਓ, ਮੈਂ ਗੁਰਬਾਣੀ ਮੈਨੂੰ ਨਿਤਨੇਮ ਦਾ ਪਤਾ ਜ਼ਿਆਦਾ ਨਹੀਂ ਪਤਾ, ਪਰ ਕਹਿਣ ਦਾ ਪਰ ਮੇਰਾ ਇੰਨਾ ਮੈਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਵੀ ਜੇ ਬੰਦਾ ਕੋਈ ਅਰਥ ਦੱਸਦਾ ਆ ਠੀਕ ਆ, ਗੋਡਿਆ ਓਕੇ ਆ, ਪਰ ਉਹਨੂੰ ਬਿਲਕੁਲ ਹੀ ਨਾ ਆਪਾਂ ਕਹੀਏ ਵੀ ਇਹਨੂੰ ਆਪਾਂ ਇੰਨਾ ਚੱਕ ਦਈਏ ਵੀ ਹਾਂ ਵੀ ਇਹਨੂੰ ਸਾਰਾ ਕੁਛ ਪਤਾ ਆ, ਕਿਉਂਕਿ ਉਹਦਾ ਪ੍ਰੈਕਟੀਕਲ ਜੀਵਨ ਥੋੜਾ ਸਾਨੂੰ ਪਤਾ ਹੁੰਦਾ, ਉਹ ਸਾਨੂੰ ਜ਼ਰੂਰ ਧਿਆਨ ਚ ਰੱਖਣਾ ਚਾਹੀਦਾ ਆ। ਦੂਜਾ ਭਾਜੀ ਹੁਣ ਉਹੀ ਨਾ ਆ ਗਿਆ ਵੀ ਇਹ ਪ੍ਰਚਾਰਕ ਜ਼ਿਆਦਾ ਸਾਨੂੰ ਸ਼ਬਦਾਂ ਅਰਥਾਂ ਬਾਰੇ ਦੱਸਦੇ ਆ, ਜਿੱਦਾਂ ਤੁਸੀਂ ਜਿਹੜੀ ਚੀਜ਼ ਦੱਸਦੇ ਹੋ ਬਹੁਤ ਘੱਟ ਦੱਸਦੇ ਭਾਜੀ, ਮੈਂ ਜਿੰਨੇ ਵੀ ਸੁਣੇ ਆ ਦੇਖਿਆ, ਜਾਣੀ ਕਿ ਜਿਹੜੀ ਚੀਜ਼ ਜ਼ਰੂਰੀ ਨਾਲ ਚਾਹੀਦੀ ਆ ਬਰਾਬਰ ਚੱਲਣੀ ਚਾਹੀਦੀ ਆ। ਹੁਣ ਜਿੱਦਾਂ ਹੁਣ ਤੁਸੀਂ ਸ਼੍ਰੋਮਣੀ ਕਮੇਟੀ ਗੱਲ ਕਰਦੇ ਭਾਜੀ, ਸਾਡੇ ਜਥੇਦਾਰਾਂ ਦਾ ਦੇਖ ਲਓ ਵੀ ਕਈ ਗੱਲਾਂ ਚ ਬੈਗ ਮਤਲਬ ਵਿਦਡਰਾਅ ਆ, ਮਾੜੇ ਕੰਮ ਆ ਨਾ ਪ੍ਰਚਾਰਕ ਸਾਰਿਆਂ ਦਾ, ਇਹਨਾਂ ਦੀ ਦੇਣ ਉਹਦੇ ਵਿੱਚ ਕੁਛ ਹੈ ਹੀ ਨਹੀਂ, ਆਪਾਂ ਅਰਥਾਂ ਤੋਂ ਕੀ ਲੈਣਾ ਭਾਜੀ। ਮੈਨੂੰ ਤਾਂ ਜਿਹੜੇ ਪ੍ਰਚਾਰਕ ਮੋਹਰੀ ਕਹਾਉਂਦੇ ਆ, ਨੁਮਾਇੰਦੇ ਕਹਾਉਂਦੇ, ਮੈਨੂੰ ਤਾਂ ਮੇਰਾ ਜਿਹੜਾ ਆਨੰਦ ਕਾਰਜ ਆ ਸਿੱਖ ਐਕਟ ਚ ਹੋਣਾ ਚਾਹੀਦਾ ਨਾ, ਜਿਹੜਾ ਕੋਈ ਜਿੱਦਾਂ ਹੁਣ ਮਾਫ਼ੀ ਦਿੱਤੀ ਆ ਉਹ ਗਲਤ ਕੰਮ, ਉਹ ਕੌਮ ਨੂੰ ਉਹ ਵੀ ਜ਼ਰੂਰੀ ਆ ਭਾਜੀ ਨਾ, ਪ੍ਰੈਕਟੀਕਲ ਜਿਹੜੀ ਚੀਜ਼ ਮਤਲਬ ਅਸਲੀ ਚੀਜ਼ ਆ ਹਨਾ, ਅੱਜ ਤਾਂ ਮਤਲਬ ਇੰਨਾ ਉਹ ਤਾਂ ਉਹ ਨੀ ਹੁੰਦਾ ਜਿਹੜਾ ਸਾਨੂੰ ਉਹ ਵੀ ਚੀਜ਼, ਉਹ ਇਹਨਾਂ ਦਾ ਨੁਮਾਇੰਦਗੀ ਜਿਹੜੇ ਕਰਦਾ ਇਹਨਾਂ ਦਾ ਮੇਨ ਰੋਲ ਬਣਦਾ ਆ ਉਹ ਚੀਜ਼ ਦੇ ਵਿੱਚ ਹਿੱਸਾ ਪਾਉਣਾ। ਖਾਸ ਕਰਕੇ ਜਿਹੜਾ ਵਿਧਾਨ ਸਾਡੀ ਕੌਮ ਵਿੱਚ ਆ ਨਾ, ਜਿਹੜਾ ਅਸੀਂ ਕਹਿੰਦੇ ਆ ਵੀ ਅਸੀਂ ਕਰਦੇ ਕੰਮ ਅਸੀਂ ਕੰਮ ਕਰੀਏ, ਇਹ ਬੰਦੇ ਗੁਰਬਾਣੀ ਦੇ ਅਰਥ ਪੜ੍ਹਨ, ਉਹਨੂੰ ਸਮਝਣ, ਸਮਝ ਕੇ ਫੈਸਲੇ ਜਿਹੜੇ ਆ ਉਹ ਕੌਮੀ ਤੌਰ ਤੇ ਲੈਣ। ਇਹ ਹੁਣ ਕੀ ਕਰਦੇ ਆ ਵੀ ਅਰਥ ਪੜ੍ਹ ਕੇ ਸਮਝ ਕੇ ਸਾਨੂੰ ਚਾਹੁੰਦੇ ਆ ਵੀ ਤੁਸੀਂ ਸਮਝ ਲਓ ਅਰਥ, ਫਿਰ ਤੁਸੀਂ ਫੈਸਲੇ ਕਰ ਲਓ। ਜੇ ਅਸੀਂ ਫੈਸਲੇ ਹੀ ਕਰਨੇ ਆ ਫਿਰ ਅਸੀਂ ਸਾਹਿਬ ਸਿੰਘ ਦਾ ਸਟ੍ਰੀਕ ਲੈ ਕੇ ਅਰਥ ਪੜ੍ਹ ਲਾਂਗੇ ਅਸੀਂ, ਜਿਹੜੇ ਤੁਹਾਡੇ ਆਗੂ ਹੋਣ ਦਾ ਤਾਂ ਸਾਨੂੰ ਫਾਇਦਾ ਤਾਂ ਆ ਜੇ ਤੁਸੀਂ ਉਹ ਗੁਰਬਾਣੀ ਨੂੰ ਸਮਝ ਕੇ ਜਦੋਂ ਮੁਸ਼ਕਲ ਆਉਂਦੀ ਆ ਉਹਦਾ ਸਲਿਊਸ਼ਨ ਦੱਸੋ ਸਾਨੂੰ। ਉਹ ਨਾ ਭਾਜੀ ਜਿੱਦਾਂ ਪ੍ਰੈਕਟਿਸ ਤੁਸੀਂ ਦੱਸਦੇ ਨਾ, ਮੈਂ ਤਾਂ ਹੀ ਤੁਹਾਡਾ ਰੇਡੀਓ ਮਤਲਬ ਬਹੁਤ ਚੀਜ਼ ਵਧੀਆ, ਤੁਸੀਂ ਜਿਹੜਾ ਪੁਆਇੰਟ ਉਹ ਨਾਲ ਬਰਾਬਰ ਰੱਖ ਦਿੰਦੇ ਆ ਉਹ ਇੱਕ ਤਾਂ ਸੌਖਾ ਹੋ ਜਾਂਦਾ, ਇੱਕ ਸਾਡੀ ਜ਼ਿੰਦਗੀ ਜੋ ਹੋਇਆ ਹੁੰਦਾ ਭਾਜੀ, ਉਹ ਹਰੇਕ ਤਾਂ ਜਿਹੜੀਆਂ ਤੁਸੀਂ ਗੱਲਾਂ ਦੱਸਦੇ ਨਾ, ਮੈਂ ਜ਼ਿਆਦਾਤਰ ਸਰੋਤਿਆਂ ਦੇ ਵੀ ਉਹ ਢੁੱਕੀਆਂ ਹੁੰਦੀਆਂ ਕਿਤੇ ਨਾ ਕਿਤੇ, ਜਿੱਦਾਂ ਹੁਣ ਕਈ ਵਾਰ ਆਪਾਂ ਕੋਈ ਚੀਜ਼ ਦੇਖਦੇ ਹਾਂ ਨਾ, ਫਿਲਮ ਦੇਖਦੇ ਹਾਂ, ਉਹ ਸਾਨੂੰ ਲੱਗਦਾ ਹੁੰਦਾ ਵੀ ਇਹ ਚੀਜ਼ ਮੇਰੇ ਨਾਲ ਵੀ ਹੁੰਦੀ ਆ, ਉਹ ਬਹੁਤ ਛੇਤੀ ਸਾਡੇ ਦਿਮਾਗ 'ਚ ਵੀ ਪੈਂਦੀ ਆ ਅਤੇ ਸਾਨੂੰ ਉਹਨੂੰ ਜੈਸੀ ਆ ਨੋ ਕਰਨਾ ਚੰਗੀ ਮਾੜੀ ਚੀਜ਼ ਬਹੁਤ ਛੇਤੀ ਪਤਾ ਆ ਜੀ, ਪਰ ਇਹ ਚੀਜ਼ ਉਹ ਦੱਸਦੇ ਨਹੀਂ ਭਾਜੀ। ਮੈਂ ਇਹਨਾਂ ਦੀ ਵੈਸੇ ਵੀ ਕਪੂਰ ਨਾਲ ਪਤਾ ਨੀ ਕਾਹਤੇ ਦੁਸ਼ਮਣੀ ਆ, ਜਾਣੀ ਜਿਸ ਬੰਦੇ ਨੂੰ ਅਸੀਂ ਏਦਾਂ ਮੜ ਜਾ ਕਹਿ ਦੇ, ਪਹਿਲਾਂ ਨਾ ਅਸੀਂ ਅਜਮੇਰ ਸਿੰਘ ਨੂੰ ਪੜ੍ਹਨ ਲੱਗ ਪਏ ਤੇ ਇਹ ਕਹਿੰਦੇ ਲੈ ਅਜਮੇਰ ਪੰਥੀਏ ਬਣ ਗਿਆ, ਕਹਿੰਦੇ ਇਹ ਤਾਂ ਅਜਮੇਰ ਪੰਥੀਏ ਬਣ ਗਿਆ। ਹੁਣ ਭਾਈ ਦੱਸ, ਕਪੂਰ ਵਿਚਾਰਾ ਉਹਨੇ ਕਿਤਾਬਾਂ ਲਿਖ ਦਿੱਤੀਆਂ ਨਾ, ਉਹ ਬੰਦਾ ਧਾਰਮਿਕ, ਉਹਨੂੰ ਕਿਸੇ ਵੀ ਕੈਟੇਗਰੀ ਚ ਨਾ ਰੱਖੋ, ਜਿਹੜੀਆਂ ਜਿਹੜਾ ਦਿਮਾਗ ਆ। ਹੁਣ ਜੇ ਤੁਹਾਡੀ ਕਾਰ ਖਰਾਬ ਹੋ ਜਾਂਦੀ ਆ ਤੇ ਤੁਸੀਂ ਪਹਿਲਾਂ ਪਤਾ ਕਰਦੇ ਆ ਵੀ ਜਿਹੜਾ ਮਕੈਨਿਕ ਆ ਉਹ ਕਿਹੜੇ ਧਰਮ ਨੂੰ ਮੰਨਦਾ ਆ, ਜਦੋਂ ਏਅਰਲਾਈਨ ਤੇ ਚੜ੍ਹਦੇ ਆ ਤੁਸੀਂ ਪਤਾ ਕਰਦੇ ਆ ਵੀ ਜਿਹੜਾ ਪਾਇਲਟ ਆ ਹਿੰਦੂ ਤਾਂ ਨੀ, ਉਹਦੀਆਂ ਏਅਰ ਹੋਸਟਸ ਜੈਨੀ ਤਾਂ ਨੀ, ਕਿਉਂਕਿ ਉੱਥੇ ਜਿਹੜੀ ਨਾ ਉਹਦੀ ਸਰਵਿਸ ਆ ਉਹਦਾ ਫਾਇਦਾ ਲੈਣ, ਤੁਸੀਂ ਪੈਸੇ ਦੇਣੇ ਆ
ਤੇ ਓਹਦੀ ਯੋਗਤਾ ਜਿਹੜੀ ਆ ਓਹਦੀ ਸਕਿੱਲ ਆ ਜਿਹੜੀ ਓਹਦਾ ਉਹ ਮੁੱਲ ਲੈਣੀ ਤੁਸੀਂ ਹੁਣ ਪੈਟਰੋਲ ਪੰਪ ਤੋਂ ਤੇਲ ਪਵਾਉਣਾ ਤੁਹਾਡੀ ਗੱਡੀ ਦਾ ਤੇਲ ਮੁੱਕ ਗਿਆ ਤੇ ਉਹ ਪੈਟਰੋਲ ਪੰਪ ਹੈਗਾ ਕਿਸੇ ਹਿੰਦੂ ਰਾਸ਼ਟਰਵਾਦੀ ਦਾ ਤੁਸੀਂ ਨਾ ਪਵਾਓ ਤੇਲ ਫਿਰ ਉੱਥੋਂ ਧੱਕਾ ਲਾ ਕੇ ਲੈ ਜਾਓ ਗੱਡੀ ਨੂੰ ਹੁਣ ਇੰਡੀਆ ਦੇ ਵਿੱਚ ਜਿਹੜੇ ਮੋਬਾਈਲ ਫੋਨ ਆ ਉਹ ਤਾਂ ਸਾਰੇ ਕੱਟੜ ਹਿੰਦੂਆਂ ਨੇ ਖਰੀਦੀ ਉਹ ਨਾ ਲਾਓ ਤੁਸੀਂ ਫੋਨ ਦੀ ਸਰਵਿਸ ਤੇ ਇੰਟਰਨੈਟ ਨਾ ਵਰਤੋ ਭਾਜੀ ਇੱਕ ਸਿੱਧਾ ਜਿਹਾ ਗੁਰੂ ਗ੍ਰੰਥ ਸਾਹਿਬ ਬੰਦਾ ਸਾਰਾ ਪੜ੍ਹ ਲਵੇ ਸਾਰੇ ਅਰਥ ਵੀ ਉਹਦੇ ਪੜ੍ਹ ਲਵੇ ਭਾਜੀ ਦੁਨੀਆ ਚ ਜੀਣਾ ਆਪਾਂ ਉਹਦੇ ਨਾਲ ਉਹ ਸਾਨੂੰ ਉਹ ਬਾਕੀ ਕੰਮ ਜਿਹੜੇ ਕਰਨੇ ਉਹ ਤਾਂ ਹੁਣ ਕਿਸੇ ਨੂੰ ਉਹ ਜਿੱਦਾਂ ਹੁਣ ਤੁਸੀਂ ਮਕੈਨਿਕ ਦੀ ਗੱਲ ਕਰਦੇ ਜਿਸ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਾਰੇ ਅਰਥ ਪਤਾ ਤੇਲ ਚੇਂਜ ਕਰਾਉਣ ਲਈ ਮਕੈਨਿਕ ਦੀ ਸਰਵਿਸ ਲੈਣ ਲਈ ਇਹ ਜਰੂਰੀ ਨਹੀਂ ਹੈਗਾ ਭੀ ਉਹ ਧਾਰਮਿਕ ਹੀ ਹੋਵੇ ਜੇ ਗੁਰਬਾਣੀ ਦੇ ਅਰਥ ਪੜ੍ਹਨੇ ਉਹਦੇ ਲਈ ਪਤਾ ਕਰ ਲਓ ਭੀ ਬੰਦਾ ਹਿੰਦੂ ਰਾਸ਼ਟਰਵਾਦੀ ਤਾਂ ਨਹੀਂ ਇਹ ਮੈਨੂੰ ਕਿਤੇ ਹਿੰਦੂਵਾਦ ਦੀਆਂ ਗੱਲਾਂ ਗੁਰਬਾਣੀ ਦੇ ਰਾਹੀਂ ਮੇਰੇ ਅੰਦਰ ਤਾਂ ਨਹੀਂ ਵੜ ਦਊਗਾ ਹੁਣ ਜਿਹੜਾ ਕਪੂਰ ਕੰਮ ਕਰਦਾ ਉਹ ਦਿਮਾਗ ਦਾ ਆ ਦਿਮਾਗੀ ਡਾਕਟਰ ਦਾ ਕੰਮ ਆ ਉਹ ਸਾਈਕੋਲੋਜਿਸਟ ਵਾਲਾ ਮਨੋਵਿਗਿਆਨਕ ਵਾਲਾ ਕੰਮ ਆ ਉਹਦੇ ਲਈ ਜਿਹੜਾ ਦਿਮਾਗ ਦਾ ਡਾਕਟਰ ਹੈ ਹੁਣ ਸਾਡੀ ਕਿਡਨੀ ਫੇਲ ਹੋ ਗਈ ਅਸੀਂ ਹਸਪੀਟਲ ਗਏ ਹਾਂ ਹੁਣ ਮੰਨ ਲਓ ਐਕਸੀਡੈਂਟ ਹੋ ਗਿਆ ਸੜਕ ਤੇ ਐਂਬੂਲੈਂਸ ਆਈ ਆ ਐਂਬੂਲੈਂਸ ਵਾਲੇ ਨੂੰ ਪੁੱਛ ਲਓ ਪਹਿਲਾਂ ਹਿੰਦੂ ਰਾਸ਼ਟਰਵਾਦੀ ਤਾਂ ਨਹੀਂ ਤੁਸੀਂ ਡਾਕਟਰ ਦੇ ਜਾਂਦੇ ਕਿਡਨੀ ਫੇਲ ਹੋ ਗਏ ਜਿਹੜੇ ਬੰਦੇ ਨੇ ਆਪਰੇਸ਼ਨ ਕਰਨਾ ਅਸੀਂ ਉਹਦੇ ਕੋਲੋਂ ਸਰਵਿਸ ਲੈਣ ਲੱਗੇ ਹੁਣ ਕਿਡਨੀ ਦੇ ਵਿੱਚ ਸਾਡੇ ਹਿੰਦੂ ਬਾਤ ਥੋੜਾ ਵੜ ਦਊਗਾ ਉਹ ਬਿਲਕੁਲ ਭਾਜੀ ਉਹ ਤਾਂ ਉਸਲੇ ਦਿਮਾਗ ਚ ਨੀ ਹੁੰਦਾ ਉਹ ਤਾਂ ਡਿਫਰੈਂਟ ਉਸਲੇ ਦਾ ਇਨਸਾਨ ਆ ਇੱਕ ਬੰਦਾ ਆ ਜੋ ਬਾਬੇ ਨਾਨਕ ਨੇ ਮਤਲਬ ਸਿੱਖਿਆ ਦਿੱਤੀ ਜਾਵੇ ਕੀ ਕਰਨਾ ਤੇ ਕੀ ਉਹਨੂੰ ਕਰਨਾ ਆਪਣਾ ਫਰਜ਼ ਆ ਮੈਂ ਉਹ ਤੋਂ ਕੀ ਚੀਜ਼ ਲੈਣੀ ਹੈ ਜਾਂ ਮੈਂ ਕੀ ਰਿਸਪੈਕਟ ਕਰਨੀ ਉਸ ਚੀਜ਼ ਦੀ ਬੰਦੇ ਦੀ ਉਹਨੂੰ ਕੀ ਕਰਨਾ ਆ ਨਹੀਂ ਹੁਣ ਥੈਂਕ ਯੂ ਭਾਈ ਤੁਹਾਡਾ ਥੈਂਕ ਯੂ ਥੈਂਕ ਯੂ ਥੈਂਕ ਯੂ ਹੁਣ ਵੈਸੇ ਵੀ ਸਰੋਤਿਆਂ ਨੂੰ ਬੇਨਤੀ ਆ ਵੀ ਜਦੋਂ ਜਿਹੜਾ ਜਦੋਂ ਨਾ ਤੁਹਾਡੇ ਦਿਮਾਗ 'ਚ ਡਰ ਆ ਹੁਣ ਡਰ ਤੇ ਕਾਬੂ ਕਿੱਦਾਂ ਪਾਉਣਾ ਹਾਂਜੀ ਠੀਕ ਹੈ ਤੁਹਾਡੇ 'ਚ ਕੌਨਫੀਡੈਂਸ ਦੀ ਘਾਟ ਆ ਆਤਮ ਵਿਸ਼ਵਾਸ ਵਧੇ ਕਿੱਦਾਂ ਤੁਸੀਂ ਵਿਲੜ ਕਮਜ਼ੋਰ ਤੁਹਾਡਾ ਸੁਭਾਅ ਬਣ ਗਿਆ ਵਲੰਟੀਅਰ ਕਿੱਦਾਂ ਹੋਣਾ ਠੀਕ ਹੈ ਤੁਸੀਂ ਆਪਣੇ ਆਪ ਨੂੰ ਪੇਸ਼ ਕਿੱਦਾਂ ਕਰਨਾ ਅੱਗੇ ਅੱਗੇ ਵਧਣ ਲਈ ਕਿੱਦਾਂ ਉਹ ਜਿਹੜੇ ਡਰ ਆ ਤੁਹਾਨੂੰ ਲੱਗਦੇ ਉਹਨਾਂ ਤੇ ਕਾਬੂ ਕਿੱਦਾਂ ਕਰਨਾ ਹੁਣ ਇਹ ਕੰਮ ਮਨੋਵਿਗਿਆਨਕ ਦਾ ਹੈ ਹਾਰਡਵੇਅਰ ਦਾ ਕੰਮ ਆ ਤੁਹਾਡੇ ਸੁਭਾਅ ਦਾ ਆ ਉਹ ਚਾਹੇ ਦੇਖੋ ਜਿਹੜਾ ਸੰਤੋਖ ਆ ਹਾਂਜੀ ਜਿਹੜੀ ਦ੍ਰਿੜਤਾ ਆ ਠੀਕ ਹੈ ਜਿਹੜਾ ਜਿਹੜੀ ਪੰਕਚੁਅਲਿਟੀ ਆ ਹੁਣ ਮੰਨ ਲਓ ਕੰਮ ਤੇ ਟਾਈਮ ਸਿਰ ਪਹੁੰਚਣਾ ਹਾਂਜੀ 7 ਵਜੇ ਜਾਣੀ 10 ਮਿੰਟ ਪਹਿਲਾਂ ਪਹੁੰਚਣ ਦੀ ਆਦਤ ਪਾਉਣੀ ਆ ਜਿੱਥੇ ਵੀ ਮੈਂ ਜਾਣਾ 5 ਮਿੰਟ ਪਹਿਲਾਂ ਪਹੁੰਚਣਾ ਬਿਲਕੁਲ ਹਨਾ ਇਹ ਆਦਤ ਜੇ ਸਿੱਖਣੀ ਆ ਤੁਸੀਂ ਤੇ ਉਹਦੇ ਚ ਧਰਮ ਦਾ ਕੋਈ ਲੈਣਾ ਦੇਣਾ ਹੈ ਨਾ ਜੀ ਭਈ ਹਿੰਦੂ ਦੀ ਹੋਰ ਤਰ੍ਹਾਂ ਦੀ ਆ ਮੁਸਲਮਾਨ ਦੀ ਹੋਰ ਤਰ੍ਹਾਂ ਦੀ ਆ ਕਿਸੇ ਈਸਾਈ ਦੀ ਹੋਰ ਤਰ੍ਹਾਂ ਦੀ ਆ ਸਿੱਖ ਦੀ ਹੋਰ ਤਰ੍ਹਾਂ ਦੀ ਕੋਈ ਹੈ ਉਹਦਾ ਲੈਣਾ ਦੇਣਾ ਨਾ ਜੀ ਨਾ ਜਿਹੜਾ ਸੰਤੋਖ ਆ ਉਹ ਇੱਦਾਂ ਆ ਭਈ ਅਮਰੀਕਾ ਦੇ ਲੋਕਾਂ ਦਾ ਹੋਰ ਤਰ੍ਹਾਂ ਦਾ ਆ ਇੰਡੀਆ ਦਿਆਂ ਦਾ ਹੋਰ ਤਰ੍ਹਾਂ ਦਾ ਆ ਨਾ ਜੀ ਨਾ ਹੁਣ ਇਹ ਉਹ ਇਹ ਚੀਜ਼ਾਂ ਇੱਦਾਂ ਜਿੱਦਾਂ ਹੁਣ ਛਿੱਕ ਆਉਂਦੀ ਆ ਤੁਹਾਨੂੰ ਹਾਂਜੀ ਛਿੱਕ ਇੱਦਾਂ ਆ ਭਈ ਉਹ ਮੌਸਮ ਦੇ ਦੇਸ਼ ਦੇ ਸਥਾਨ ਦੇ ਹਿਸਾਬ ਨਾਲ ਆਉਂਦੀ ਹੈ ਨਾ ਜੀ ਸਾਰਿਆਂ ਨੂੰ ਇੱਕੋ ਤਰ੍ਹਾਂ ਆਉਂਦੀ ਆ ਬਿਲਕੁਲ ਜਿਹੜਾ ਬਾਡੀ ਦੇ ਫੰਕਸ਼ਨ ਆ ਉਹ ਸਾਰੇ ਦੇ ਸਾਰੇ ਚਾਹੇ ਕਿਸੇ ਵੀ ਧਰਮ ਦਾ ਬੰਦਾ ਹੋਵੇ ਜਿਹੜੀ ਗੱਲ ਕਬੀਰ ਜੀ ਕਹਿੰਦੇ ਆ ਨਾ ਜਦੋਂ ਤੇਰੀਆਂ ਰਗਾਂ ਚ ਵੀ ਖੂਨ ਆ ਮੇਰੀਆਂ ਚ ਵੀ ਖੂਨ ਆ ਫਿਰ ਤੂੰ ਵਧੀਆ ਕਿੱਦਾਂ ਹੋ ਗਿਆ ਉਹ ਜਿਹੜੀ ਕਿਡਨੀ ਆ ਲਿਵਰ ਆ ਜਿਹੜਾ ਕਨੈਕਸ਼ਨ ਆ ਉਹਨਾਂ ਦਾ ਆਪਸ ਵਿੱਚ ਹੀ ਬ੍ਰੇਨ ਦੇ ਨਾਲ ਜਿਹੜਾ ਉਹ ਸਾਰੀ ਥਾਂ ਤੇ ਇੱਕੋ ਜਿਹਾ ਹੀ ਆ ਬੰਦਾ ਜਿਹੜਾ ਨਾ ਜੇ ਕਿਸੇ ਨੇ ਮੰਨ ਲਓ ਸਾਊਥ ਅਫਰੀਕਾ ਦੇ ਵਿੱਚ ਕਿਸੇ ਬੰਦੇ ਤੇ ਸਰਚ ਕਰਕੇ ਉਹਦੇ ਸਰੀਰ ਦੇ ਅੰਗਾਂ ਦੀ ਜਾਣਕਾਰੀ ਲੈ ਲਈ ਜੇ ਉਹ ਜਾਪਾਨ ਚ ਜਾਊਗਾ ਉੱਥੇ ਵੀ ਉਦਾਂ ਹੀ ਆ ਬਿਲਕੁਲ ਜੀ ਜਿਹਨੂੰ ਕਿਡਨੀ ਦੀ ਜਨ ਪੜ੍ਹਾਈ ਕਰ ਲਈ ਉਹ ਹਾਂ ਉਸ ਉੱਥੇ ਦੇ ਪ੍ਰੋਟੋਕਾਲ ਕੋਈ ਹੋ ਸਕਦੇ ਇੱਦਾਂ ਵੀ ਨਿਯਮ ਜਿਹੜੇ ਆ ਵੀ ਜੇ ਭਾਈ ਹੋਸਪਿਟਲ ਜੋਬ ਕਰਨੀ ਆ ਜੇ ਜੀਪੀ ਦੀ ਕਰਨੀ ਆ ਤੇ ਕੁਛ ਗੱਲਾਂ ਜ਼ਰੂਰੀ ਆ ਤੈਨੂੰ ਉਹ ਲਾਇਸੈਂਸ ਲੈਣੇ ਆ ਉਹ ਵੀ ਤੁਹਾਨੂੰ ਉੱਥੇ ਦੀਆਂ ਜਾ ਕੇ ਕਰਨੀਆਂ ਪੈਣੀਆਂ ਉਹ ਹੋ ਸਕਦੀਆਂ ਪਰ ਜਿਹੜੀ ਉਹ ਹਾਰਟ ਦੀ ਜਾਣਕਾਰੀ ਕਿਡਨੀ ਦੀ ਜਾਣਕਾਰੀ ਆ ਉਹ ਸਾਰੀ ਸਾਰੇ ਮੁਲਕਾਂ ਚ ਸਾਰੇ ਧਰਮਾਂ ਚ ਇੱਕੋ ਜਿਹੀ ਹੋਣੀ ਆ ਬਿਲਕੁਲ ਇਹ ਨਹੀਂ ਭੀ ਕਿਡਨੀ ਜਾਪਾਨ ਦੇ ਬੰਦੇ ਦੀ ਹੋਰ ਤਰ੍ਹਾਂ ਦੀ ਆ ਅਮਰੀਕਾ ਦੇ ਦੀ ਹੋਰ ਤਰ੍ਹਾਂ ਦੀ ਆ ਹਨਾ ਇੱਦਾਂ ਹੀ ਲਿਵਰ ਆ ਹੁਣ ਇੱਦਾਂ ਹੀ ਦਿਮਾਗ ਆ ਹਾਂਜੀ ਜਿਹੜੀ ਮਨੋਵਿਗਿਆਨਕ ਦੀ ਗੱਲ ਆ ਉਹ ਕਿਸੇ ਵੀ ਧਰਮ ਦੀ ਹੋਵੇ ਉਹ ਇੱਕੋ ਜਿਹੀ ਹੋਣੀ ਆ ਬਿਲਕੁਲ ਤੁਸੀਂ ਉਹ ਉਹਦੀ ਸਕਿੱਲ ਆ ਉਹ ਲੈਣ ਦੇ ਵਿੱਚ ਤੁਸੀਂ ਹਿੰਦੂ ਰਾਸ਼ਟਰਵਾਦ ਕਿੱਥੇ ਆਪੜੇ ਆ ਗੱਲ ਤਾਂ ਤੁਹਾਨੂੰ ਉਹ ਨਜ਼ਰੀਆ ਚਾਹੀਦਾ ਦੇਖਣ ਦਾ ਜਿਹੜੀ ਗੁਰਬਾਣੀ ਆ ਉਹ ਜਿਹਦੇ ਕੋਲੋਂ ਸਮਝਣੀ ਆ ਤੁਸੀਂ ਉਹਨੂੰ ਦੇਖ ਲਓ ਵੀ ਭਾਈ ਇਹ ਕਿਤੇ ਹਿੰਦੂ ਰਾਸ਼ਟਰਵਾਦ ਆ ਇਹ ਤੇ ਛੋੜਾ ਤਾਂ ਨਹੀਂ ਹੁਣ ਗੱਲ ਇਹ ਆ ਜਿਹੜਾ ਬੰਦਾ ਗੁਰਬਾਣੀ ਦੀ ਗੱਲ ਕਰਨ ਲੱਗਾ ਜੇ ਉਹਦੇ ਦਿਮਾਗ ਤੇ ਦਹਿਲ ਆ ਉਹ ਆਪਣਾ ਦਹਿ ਲਿਆ ਜਿਹੜਾ ਆਪਣਾ ਸਹਿਮ ਆ ਉਹ ਕੀ ਟ੍ਰਾਂਸਫਰ ਨਹੀਂ ਕਰੂਗਾ ਦੂਜੇ ਤਾਈ ਬਿਲਕੁਲ ਜੀ ਕਰੂਗਾ
ਜੇ ਓਹਦੇ ਚ ਦ੍ਰਿੜਤਾ ਨਹੀਂ ਹੈਗੀ, ਜੇ ਓਹਦੇ ਚ ਆਪਣੇ ਆਪ ਨੂੰ ਨਿਸ਼ਾਵਰ ਕਰਨ ਦੀ ਹਿੰਮਤ ਨਹੀਂ, ਜੇ ਓਹਦੇ ਚ ਕੁਰਬਾਨੀ ਦਾ ਜਜ਼ਬਾ ਨਹੀਂ, ਉਹ ਜਦੋਂ ਗੁਰਬਾਣੀ ਦੇ ਅਰਥ ਕਰਨ ਲੱਗੂਗਾ ਉਹ ਕਿੱਦਾਂ ਕਿੱਦਾਂ, ਜੇ ਓਹਦੇ ਆਪਣੇ ਆਪ ਦੇ ਵਿੱਚ ਸੰਤੋਖ ਨਹੀਂ ਹੈਗਾ ਤੇ ਗੁਰਬਾਣੀ ਦੇ ਅਰਥ ਕਰਨ ਲੱਗਾ ਕਿੱਦਾਂ ਸਹੀ ਤਰੀਕੇ ਨਾਲ ਕਰ ਦਊਗਾ ਲੋਕਾਂ ਤੱਕ? ਨਹੀਂ ਕਰ ਸਕਦਾ। ਹੁਣ ਜਿਹੜੇ ਸਹਿਮ ਉਹਨੂੰ ਆਪ ਆ ਉਹੀ ਉਹਨੂੰ ਅਗਲੇ ਦੇ ਉੱਤੇ ਪਾ ਦੇਣੇ। ਬਿਲਕੁਲ ਜੀ, ਬਿਲਕੁਲ ਠੀਕ ਹੈ। ਜਿਹੜੇ ਡਰ ਉਹਨੂੰ ਆਪ ਆ ਉਹੀ ਅਗਲੇ ਨੂੰ ਟ੍ਰਾਂਸਫਰ ਕਰ ਦੇਣੇ ਉਹਨੇ। ਹੁਣ ਗੁਰਬਾਣੀ ਦੇ ਅਰਥ ਹੋਣ ਤੋਂ ਪਹਿਲਾਂ ਜਿਹੜੇ ਕਿਸੇ ਬੰਦੇ ਨੇ ਜੇ ਸੌਕਰ ਦਾ ਪਲੇਅਰ ਬਣਨਾ, ਰਗਵੀ ਦਾ ਪਲੇਅਰ ਬਣਨਾ, ਠੀਕ ਹੈ, ਕਿਸੇ ਬੰਦੇ ਨੇ ਪਹਾੜ ਤੇ ਚੜ੍ਹਨਾ, ਠੀਕ ਹੈ, ਜੇ ਜਿਹਨੂੰ ਉਚਾਈ ਤੋਂ ਡਰ ਲੱਗਦਾ ਆ, ਠੀਕ ਹੈ, ਉਹ ਜਹਾਜ਼ ਤੇ ਵੀ ਨਹੀਂ ਚੜ੍ਹ ਸਕਦਾ, ਪਹਾੜ ਤੇ ਵੀ ਨਹੀਂ ਚੜ੍ਹ ਸਕਦਾ, ਕੋਠੇ ਤੇ ਵੀ ਨਹੀਂ ਚੜ੍ਹ ਸਕਦਾ, ਸਕਾਈ ਟਾਵਰ ਤੇ ਨਹੀਂ ਚੜ੍ਹ ਸਕਦਾ, ਠੀਕ ਹੈ, ਉੱਚੇ ਹੈਲੀਕਾਪਟਰ ਤੋਂ ਛਾਲ ਨਹੀਂ ਮਾਰ ਸਕਦਾ, ਕਿਤੇ ਵੀ ਨਹੀਂ ਜਾ ਸਕਣਾ। ਬਿਲਕੁਲ ਜੀ, ਹੈ ਨਾ। ਹੁਣ ਉਹਨੂੰ ਉਹ ਕਰਨ ਤੋਂ ਪਹਿਲਾਂ ਆਪਣਾ ਜਿਹੜਾ ਉਹਦਾ ਡਰ ਆ ਨਾ ਉਚਾਈ ਤੇ ਜਾਣ ਵਾਲਾ, ਉਹ ਤੇ ਕਾਬੂ ਪਾਉਣਾ ਪੈਣਾ। ਬਿਲਕੁਲ ਜੀ, ਜੇ ਨਾ ਹੋਇਆ ਜਿੱਥੇ ਵੀ ਜਾਊਗਾ ਉਹ ਆਪਣਾ ਡਰ ਟ੍ਰਾਂਸਫਰ ਕਰੂਗਾ, ਠੀਕ ਹੈ। ਹੁਣ ਉਹ ਜਿਹੜਾ ਜਿਹੜਾ ਸੰਤੋਖੀ ਕਿੱਦਾਂ ਹੋਣਾ ਆ, ਲੋਭ ਤੇ ਕਾਬੂ ਕਿੱਦਾਂ ਪਾਉਣਾ ਆ, ਆਪਣੇ ਆਪਣੇ ਡਰਾਂ ਨੂੰ ਕਿੱਦਾਂ ਕਾਬੂ ਕਰਨਾ ਆ ਹਰ ਤਰ੍ਹਾਂ ਦੀਆਂ ਨੂੰ, ਹੈਨਾ, ਕੁਰਬਾਨੀ ਕਿੱਦਾਂ ਕਰਨੀ ਆ, ਤਿਆਗ ਕਿੱਦਾਂ ਕਰਨਾ ਆ, ਉਹ ਚੀਜ਼ ਪਹਿਲਾਂ ਜਦੋਂ ਸਾਡੇ ਕੋਲ ਹੋਊਗੀ ਫਿਰ ਗੁਰਬਾਣੀ ਦੇ ਅਰਥ ਆ ਜਿਹੜੇ ਨਾ ਉਸ ਸੰਦਰਭ ਦੇ ਵਿੱਚ ਹੋਣਗੇ। ਬਿਲਕੁਲ ਜੀ, ਬਿਲਕੁਲ। ਉਹ ਮਨੋਵਿਗਿਆਨਕ ਦਾ ਕੰਮ ਆ, ਉਹ ਸੁਭਾਅ ਦਾ। ਗੁਰੂ ਸਾਹਿਬ ਨੇ ਗੁਰਬਾਣੀ ਜਿਹੜੀ ਦਿੱਤੀ ਹੈ ਨਾ ਸਾਨੂੰ, ਉਹਦੇ ਨਾਲ ਨਾਲ ਜਿਹੜਾ ਦਸਾਂ ਪਾਤਸ਼ਾਹੀਆਂ ਦਾ ਆਪਣਾ ਜੀਵਨ ਸੀ ਉਹਦੇ ਦੌਰਾਨ ਉਹਨਾਂ ਨੇ ਜਿਹੜੇ ਇਹ ਡਰ ਆ, ਜਿਹੜਾ ਸੁਭਾਅ ਆ ਮਨੁੱਖੀ, ਉਹਦੇ ਤੇ ਕੰਮ ਕੀਤਾ। ਉਹ ਜਿਹੜੀਆਂ ਪਰਸਨੈਲਿਟੀਆਂ ਤਾਂ ਘੜੀਆਂ ਗਈਆਂ। ਬਿਲਕੁਲ, ਬਿਲਕੁਲ ਜੀ। ਜਿਹੜਾ ਪਹਿਲਾਂ ਮਰਨ ਕਬੂਲ ਸੀਗਾ ਨਾ ਉਹ ਇਹ ਸੀ। ਬਿਲਕੁਲ ਜੀ, ਜੀਵਨ ਕੀ ਛਡਾਸ ਇਹ ਸੀ। ਤਾਂ ਉਹਨਾਂ ਨੂੰ ਲੱਗਾ ਵੀ ਜਿਹੜਾ ਜਿਹੜਾ ਜੋ ਉਪਜਿਓ ਸੋ ਵਿਨਸ ਹੈ, ਠੀਕ ਹੈ, ਇਹ ਜਿਹੜੀ ਉਹ ਜੱਗ ਸੱਚੇ ਦੀ ਕੋਠੜੀ ਤਾਂ ਲੱਗਣ ਲੱਗੀ ਆ। ਗੁਰਬਾਣੀ ਦੇ ਅਰਥ ਹੀ ਤਾਂ ਸਮਝ ਆਉਣੇ ਆ ਜੇ ਸਾਨੂੰ ਇਹ ਗੱਲਾਂ ਸਾਡੇ ਗੇੜ ਵਿੱਚ ਆ ਗਈਆਂ। ਬਿਲਕੁਲ ਜੀ, ਇਹ ਕਾਰਜ ਜਿਹੜਾ ਇਹ ਕਿਤਿਓਂ ਵੀ ਲੈ ਲਓ, ਤੁਸੀਂ ਫਰਾਈਡ ਤੋਂ ਲੈ ਲਓ, ਆਪਣੇ ਵੈਸੇ ਵੀ ਸਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਦੋਂ ਉਹਨਾਂ ਨੂੰ ਕਿਸੇ ਚੀਜ਼ ਤੋਂ ਡਰ ਲੱਗਦਾ ਨਾ, ਸਪੀਚ ਦੇਣ ਨੂੰ, ਉਹਨਾਂ ਨੂੰ ਕੁਛ ਕਰਨੇ ਨੂੰ, ਐਕਟ ਕਰਨੇ ਨੂੰ, ਪੜ੍ਹਨੇ ਨੂੰ, ਜਿਹੜੀ ਚੀਜ਼ ਤੋਂ ਲੱਗਦਾ ਆ ਉਹ ਡਰ ਕੱਢਦੇ ਆ ਉਹਦਾ, ਠੀਕ ਹੈ। ਜਿਹੜਾ ਬੱਚਾ ਦੂਜਿਆਂ ਨਾਲ ਖੇਡਣਾ ਪਸੰਦ ਨਹੀਂ ਕਰਦਾ, ਕੱਲਾ ਕੱਲਾ ਰਹਿੰਦਾ ਆ, ਉਹ ਤੇ ਕੰਮ ਕਰਦੇ ਆ। ਬਿਲਕੁਲ, ਇਹ ਚੀਜ਼ ਨਿਕਲਣੀ ਚਾਹੀਦੀ ਹੈ, ਕਿਉਂਕਿ ਜਿੰਨਾ ਬਾਕੀਆਂ ਦੇ ਨਾਲ ਉਹ ਘੁਲੂ ਮਿਲੂਗਾ, ਹਨਾ, ਫਿਰ ਦੂਜਿਆਂ ਦੀਆਂ ਗਲਤੀਆਂ ਨੂੰ ਮਾਫ਼ ਕਰਨਾ, ਆਪ ਗਲਤੀ ਕਰਕੇ ਮਾਫ਼ੀ ਮੰਗਣੀ, ਇਹ ਚੀਜ਼ ਸਿਖਾਈ ਜਾਂਦੀ ਹੈ। ਬਿਲਕੁਲ, ਹੁਣ ਉਹ ਜੇ ਉਹ ਕਪੂਰ ਰਾਹੀਂ ਸਾਨੂੰ ਮਿਲਦੀ ਆ ਭਾਈ, ਤੇ ਕਪੂਰ ਨਾਲ ਸਾਨੂੰ ਦੁਸ਼ਮਣੀ ਨਹੀਂ ਕਰਨੀ ਚਾਹੀਦੀ। ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਤੇ ਰਹੋ ਵਿਚਾਰ, ਆਪਾਂ ਗੱਲ ਕਰਦੇ ਸੀ ਦਲਗੀਰ ਦੀ, ਮਿੰਟ 8 ਰਹਿੰਦੇ ਆ, ਚਲੋ ਸੁਣ ਲਓ, ਇਹਨੂੰ ਥੋੜਾ ਜਿਹਾ ਨਿਰਾਸ਼ ਨਾ ਹੋ ਜਾਏ। ਮੈਂ ਅੱਜ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਸਤਾਨਾਥ ਕਿਰਨ ਸਿੰਘ ਐਡਵੋਕੇਟ, ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਨੇ, ਜਿਹਨਾਂ ਜਿਹੜੇ ਬਹੁਤ ਔਖੇ ਕੇਸ ਚ ਲਿਆ ਕਰਦੇ ਨੇ ਤੇ ਜਿੱਤਿਆ ਕਰਦੇ ਨੇ, ਉਹਨਾਂ ਨੇ ਇੱਕ ਅੱਜ ਪੋਸਟ ਪਾਈ ਸੀ ਮੈਨੂੰ, ਪੋਸਟ ਬੜੀ ਚੰਗੀ ਜਿਹੀ ਗੱਲ ਆ ਕਿ ਮੈਂ ਪਹਿਲਾਂ ਵੀ ਪੜ੍ਹੀ ਸੀ, ਉਹ ਸੀਗੀ ਐਟਿਕ ਨੇਮੋਲਰ ਦੀ, ਜਿਹੜੀ ਕਿ ਆਪਾਂ ਸਾਰੇ ਕਈ ਕਈ ਨੇ ਕੋਟ ਕੀਤੀ ਹੈਗੀ, ਇੱਕ ਪ੍ਰੋਟੈਸਟੈਂਟ ਪਾਸਟਰ ਸੀਗਾ ਹਿਟਲਰ ਦੇ ਜ਼ਮਾਨੇ ਵਿੱਚ, ਤੇ ਉਸਨੇ ਲਿਖਿਆ ਬਈ ਫਸਟ ਦੇ ਕੇਮ ਫਾਰ ਸੋਸ਼ਲਿਸਟ, ਉਹਨਾਂ ਨੂੰ ਦੇ ਖਿਲਾਫ਼ ਉਹਨਾਂ ਨੇ ਐਕਸ਼ਨ ਕੀਤਾ, ਸਰਕਾਰ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰਨਾ, ਮਾਰਨਾ ਸ਼ੁਰੂ ਕੀਤਾ, ਤੇ ਮੈਂ ਕਿਉਂਕਿ ਸੋਸ਼ਲਿਸਟ ਨਹੀਂ ਸੀਗਾ ਮੈਨੂੰ ਕੋਈ ਫਿਕਰ ਨਹੀਂ ਸੀ, ਆਈ ਡਿਡ ਨਾਟ ਬੋਦਰ। ਫਿਰ ਆਏ ਵੀ ਟ੍ਰੇਡ ਯੂਨੀਅਨ ਵਾਲੇ ਜਿਹੜੇ ਬੰਦੇ ਆ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਏ, ਉਹਨਾਂ ਨੂੰ ਸਜ਼ਾ ਦਿੱਤੀ ਜਾਏ, ਉਹਨਾਂ ਨੂੰ ਜਿਹੜਾ ਕੰਸੈਂਟਰੇਸ਼ਨ ਕੈਂਪਾਂ ਵਿੱਚ ਭੇਜਿਆ ਜਾਏ, ਗੈਸ ਚੈਂਬਰ ਵਿੱਚ ਭੇਜਿਆ ਜਾਏ, ਆਈ ਡਿਡ ਨਾਟ ਬੋਦਰ। ਜਾਣੀ ਨਾ ਜਿਹੜੀਆਂ ਗੱਲਾਂ ਕਰਦੇ ਆ ਸਾਡੇ ਬੰਦੇ, ਹਾਂਜੀ, ਜਿੱਦਾਂ ਉਦੋਂ ਕੇ ਹੁਣੀ ਆ, ਠੀਕ ਹੈ, ਇਹ ਦਲਗੀਰ ਹੋਣੀ ਆ ਜਿਹੜੇ ਯੂਨੀਵਰਸਿਟੀਆਂ ਵਾਲੇ ਆ, ਠੀਕ ਹੈ, ਏਦਾਂ ਦੀਆਂ ਲਿਆ ਕੇ ਨਾ ਸਾਖੀਆਂ, ਏਦਾਂ ਦੀਆਂ ਕਹਾਣੀਆਂ, ਏਦਾਂ ਪੁਰਾਣੇ ਇਤਿਹਾਸ ਚੋਂ ਹੋਈਆਂ ਆ, ਕਿਤਿਓ ਨਾ ਕਿਤਿਓ ਕਾਪੀ ਕਰਕੇ ਉਹਨੂੰ ਫਿਰ ਉਹਦਾ ਸੰਦਰਭ ਨਾਲ ਉਹਦੇ ਨਾਲ ਤੋੜ ਕੇ, ਹਨਾ, ਕਿਤੇ ਨਾ ਕਿਤੇ ਲਿਆ ਕੇ ਸਾਡੇ ਤੇ ਕੋਈ ਇੱਕ ਹਿੱਸਾ ਫਿੱਟ ਕਰਕੇ ਸਾਡੇ ਤੇ। ਇੱਕ ਵਾਰੀ ਇੱਕ ਯਹੂਦੀਆਂ ਦੇ ਨਾਲ ਇੱਦਾਂ ਹੋਇਆ, ਇੱਕ ਮਾਤਾ ਨੂੰ ਇੱਦਾਂ ਹੋਇਆ, ਜਿੱਦਾਂ ਉਹ ਜਿਹੜੀ ਸਾਹਿਬਜ਼ਾਦੇ ਇੱਕ ਬੱਚੇ ਦੀ ਸਾਖੀ ਸੁਣਾਉਂਦੇ ਆ ਬੰਦਾ ਸਿੰਘ ਬਹਾਦਰ ਦੇ ਵੇਲੇ, ਤੇ ਉਹ ਕਿੱਦਾਂ ਉਹ ਸਾਰੇ ਕਈਆਂ ਨੇ ਆਪੋ ਆਪਣੇ ਤਰੀਕੇ ਨਾਲ ਸੁਣਾਈ ਆ ਜਿਹੜੀ ਇੱਦਾਂ ਦੀਆਂ ਗੱਲਾਂ ਨਾ, ਉਹਨੂੰ ਕਿਤੇ ਨਾ ਕਿਤੇ ਜੋੜ ਕੇ ਬੜੇ ਸਵਾਦ ਨਾਲ ਸਾਨੂੰ ਚੰਗੀਆਂ ਬਹੁਤ ਲੱਗਦੀਆਂ ਸਾਨੂੰ, ਇੱਦਾਂ ਵੀ ਹਾਂ ਯਾਰ ਗੱਲ ਤਾਂ ਬਾਕੀ ਹੀ ਠੀਕ ਆ। ਪਰ ਨਾ ਇਹ ਬੰਦੇ ਜਿੱਦਾਂ ਜਿਹੜੀ ਅਸੀਂ ਪਹਿਲਾਂ ਗੱਲ ਕਰਦੇ ਸੀ ਲੱਕ ਦੁਖਦਾ ਆ ਗੋਲੀਆਂ ਦੇਈ ਜਾਂਦੇ ਆ,
ਹਾਂਜੀ ਠੀਕ ਆ ਉਹਦਾ ਉਹਦਾ ਹੱਲ ਨੀ ਦੱਸ ਰਹੇ ਹੁਣ ਜਿਹੜੀ ਆ ਗੱਲ ਆ ਵੀ ਇਹ ਕਈਆਂ ਨੇ ਸੁਣਾਈ ਆ ਇੱਦਾਂ ਠੀਕ ਆ ਡਾਕਟਰ ਅਮਰਜੀਤ ਸਿੰਘ ਜਿਹੜਾ ਉਹ ਵੀ ਇੱਦਾਂ ਇੱਦਾਂ ਯਹੂਦੀਆਂ ਦੇ ਬਾਰੇ ਇਹਨਾਂ ਬਾਰੇ ਇੱਦਾਂ ਬਹੁਤ ਕਰਦਾ ਹੁੰਦਾ ਅਜਮੇਰ ਸਿੰਘ ਨੂੰ ਸੁਣ ਲਓ ਵੀ ਉਹ ਵੀ ਇੱਦਾਂ ਬੜਾ ਘਰੋੜ ਕੇ ਕਹਿੰਦਾ ਪਈ ਵੀ ਜਦੋਂ ਜਿਹੜੇ ਜਰਮਨ ਦੇ ਵਿੱਚ ਯਹੂਦੀਆਂ ਦਾ ਬੜਾ ਸਤਿਕਾਰ ਸੀ ਪਹਿਲਾਂ ਵੀ ਜਦੋਂ ਗੱਲ ਹੋਈ ਆ ਉਹ ਕਹਿੰਦੇ ਵੀ ਸਾਨੂੰ ਤਾਂ ਕੋਈ ਮੁਸ਼ਕਲ ਨੀ ਅਸੀਂ ਤਾਂ ਸਰਕਾਰੀ ਦਰਬਾਰੀ ਨਾਲ ਬਹਿੰਦੇ ਉਹ ਗੱਲਾਂ ਬੜੀਆਂ ਅਪੀਲ ਕਰਦੀਆਂ ਠੀਕ ਆ ਹੁਣ ਸਵਾਲ ਇਹ ਗੱਲ ਤਾਂ ਕੀਤੀਆਂ ਜਾਣ ਗੱਲਾਂ ਜੇ ਸਾਡੇ ਚੋਂ ਕੋਈ ਧਿਰ ਇਹ ਕਹਿੰਦੀ ਹੋਵੇ ਵੀ ਨਹੀਂ 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 ਸਾਨੂੰ ਕੋਈ ਲੋੜ ਨਹੀਂ ਅਸੀਂ ਬੜੇ ਸੁੱਖ ਵਿੱਚ ਆ ਇਹ ਤਾਂ ਸਾਰੇ ਸਹਿਮਤ ਆ ਨਾ ਵੀ ਆਪਾਂ ਅਸੀਂ ਕਹਿੰਦੇ ਵੀ ਇਹ ਗੱਲ ਤਾਂ ਉਹਨਾਂ ਨੇ ਤੁਹਾਨੂੰ 47 ਚ ਲੀਗਲੀ ਕਹਿਤਾ ਸੀ ਵੀ ਜਰਾਇਮ ਪੇਸ਼ਾ ਆ ਤੁਹਾਨੂੰ ਇੱਥੇ ਰਹਿਣ ਲਈ ਕੋਈ ਥਾਂ ਨਹੀਂ ਹਾਂਜੀ ਜਦਕਿ ਪਤਾ ਬਹੁਤ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖੁਸਦਾ ਆ ਉਹਦੇ ਵਿੱਚ ਸਾਰੇ ਦੀ ਸਾਰੀ ਹਿੰਦੂ ਲੋਬੀ ਆ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਬਿਲਕੁਲ ਉਹ ਤੋਂ ਪਹਿਲਾਂ ਸਾਡੇ ਲੀਡਰਾਂ ਨੂੰ ਪਤਾ ਹੋਣਾ ਚਾਹੀਦਾ ਸੀ ਵੀ ਜਦੋਂ ਕੁਛ ਹਜ਼ਾਰ ਦੀ ਗਿਣਤੀ ਇਹ ਇੰਗਲੈਂਡ ਤੋਂ ਇੰਡੀਆ ਗਈ ਆ ਇਹਨਾਂ ਦਾ ਸਾਥ ਕਿਹਨੇ ਦਿੱਤਾ ਬਿਲਕੁਲ ਕੀ ਮੁਸਲਮਾਨਾਂ ਨੇ ਦਿੱਤਾ ਉਹ ਤਾਂ ਰਾਜ ਕਰਦੇ ਸੀ ਉਸ ਵੇਲੇ ਤਾਂ ਸਿੱਖਾਂ ਨੇ ਆਪ ਨਹੀਂ ਦਿੱਤਾ ਠੀਕ ਹੈ ਨਾ ਫਿਰ ਇਹਦਾ ਮਤਲਬ ਉਹ ਜਾਣੀ 47 ਦੀ ਜਿਹੜੀ ਆਜ਼ਾਦੀ ਆ ਜਿਹੜੀ 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 ਅਸੀਂ 50-60 ਸਾਲ ਜਿਹੜਾ ਲੜੇ ਆ ਅਸੀਂ ਕਹਿੰਦੇ ਵੀ ਇੰਨੇ ਫਾਂਸੀਆਂ ਤੇ ਚੜੇ ਆ ਇੰਨਾ ਆਹ ਕੁਛ ਹੋਇਆ ਕਿਹਦੇ ਕਿਹਦੇ ਖਿਲਾਫ਼ ਲੜੇ ਆ ਅਸੀਂ ਬਿਲਕੁਲ ਜੀ ਇਕੱਲੇ ਅੰਗਰੇਜ਼ਾਂ ਦੇ ਥੋੜੇ ਲੜੇ ਉਹ ਤਾਂ ਸਾਨੂੰ ਉਸ ਵੇਲੇ ਪਤਾ ਹੋਣਾ ਚਾਹੀਦਾ ਸੀ ਵੀ ਅਸੀਂ ਇਹ ਇਹ ਲੋਬੀ ਇਹ ਜਿਹੜੀ ਇਹਨਾਂ ਦੀ ਕੋਲੈਬੋਰੇਸ਼ਨ ਆ ਨਾ ਉਹਦੇ ਖਿਲਾਫ਼ ਲੜ ਰਹੇ ਹਾਂ ਹਿੰਦੂਆਂ ਦੀ ਤੇ ਗੋਰਿਆਂ ਦੀ ਉਹਦੇ ਖਿਲਾਫ਼ ਲੜ ਰਹੇ ਹਾਂ ਬਿਲਕੁਲ ਜੀ ਠੀਕ ਹੈ ਜੇ ਇਹ ਪਤਾ ਹੁੰਦਾ ਸਾਨੂੰ ਫਿਰ ਫਿਰ ਆਜ਼ਾਦੀ ਤੋਂ ਬਾਅਦ ਜਿਹੜਾ ਸੁਪਨਾ ਸੀ ਸਾਡਾ ਉਹ ਜਾਂ ਸਾਡਾ ਆਪਣਾ ਇਕੱਲਿਆਂ ਦਾ ਹੁੰਦਾ ਜਾਂ ਕਿਸੇ ਤੀਜੀ ਧਿਰ ਨਾ ਹੁੰਦਾ ਬਿਲਕੁਲ ਉਹ ਤੀਜੀ ਧਿਰ ਜਿਹੜੀ ਮੁਸਲਮਾਨ ਸੀ ਉਹਨੂੰ ਪਹਿਲਾਂ ਨਕਾਰ ਦਿੱਤਾ ਇਕੱਲੇ ਅਸੀਂ ਕੋਨਫੀਡੈਂਸ ਵਿੱਚ ਨਹੀਂ ਸੀਗੇ ਹਾਂਜੀ ਤੇ ਡਿੱਗੇ ਇੱਕ ਦੇ ਜਿਹੜੀ ਕੋਲੈਬੋਰੇਸ਼ਨ ਜਿਹੜੇ ਜੁੜ ਕੇ ਇਕੱਠੇ ਜਿਹੜੇ 200 ਸਾਲ ਤੋਂ ਇਕੱਠੇ ਤੁਰੇ ਹੋ ਸੀ ਇੱਕ ਦੇ ਵਿਰੁੱਧ ਲੜਨ ਦਾ ਡਰਾਮਾ ਕਰਕੇ ਦੂਜੇ ਦੇ ਪੈਰਾਂ 'ਚ ਡਿੱਗ ਪਏ ਜਾਂਦੇ ਹਨਾ ਤੇ ਹੁਣ ਉਹ ਤੋਂ 150-200 ਸਾਲ ਬਾਅਦ ਅੱਜ ਵੀ ਸਾਡੇ ਵਿਦਵਾਨ ਇਹ ਦੱਸੀ ਜਾਂਦੇ ਸਾਨੂੰ ਵੀ ਦੇਖੋ ਆਹ ਜਿਹੜੀਆਂ ਕਹਾਣੀਆਂ ਸੁਣਾਉਂਦੇ ਆ ਹਾਂਜੀ ਇੱਕ ਪਹਿਲਾਂ ਸੋਸ਼ਲਿਸਟ ਲਈ ਆਏ ਫਿਰ ਯੂਨੀਅਨ ਲਈ ਆਏ ਉਹਦੇ ਲਈ ਆਏ ਹਨਾ ਵੀ ਮੈਂ ਗੱਲ ਕੀ ਵੀ ਮੈਨੂੰ ਇਕੱਲੇ ਸਾਨੂੰ ਸੁਨੇਹਾ ਇਹ ਦੇਣਾ ਚਾਹੁੰਦੇ ਆ ਵੀ ਜੇ ਅੱਜ ਪ੍ਰੋਫੈਸਰ ਦਰਸ਼ਨ ਸਿੰਘ ਦੇ ਵਿਰੁੱਧ ਸਟੈਂਡ ਲੈ ਲਿਆ ਉਹਨਾਂ ਨੇ ਜਥੇਦਾਰਾਂ ਨੇ ਕਾਰਵਾਈ ਕਰ ਦਿੱਤੀ ਆ ਤੁਸੀਂ ਇਹ ਨਾ ਸੋਚਿਓ ਵੀ ਤੁਹਾਡੇ ਤੇ ਨਹੀਂ ਵਾਪਰਨਾ ਜੇ ਉਹਨੀ ਦਲਗੀਰ ਦੇ ਖਿਲਾਫ਼ ਕਰ ਦਿੱਤਾ ਤੁਸੀਂ ਚੁੱਪ ਨਾ ਕਿਤੇ ਰਹਿ ਜਾਓ ਵੀ ਤੁਹਾਡੇ ਖਿਲਾਫ਼ ਨਹੀਂ ਹੋਣਾ ਜੇ ਉਹਨੀ ਸਪੋਕਸਮੈਨ ਵਾਲੇ ਦੇ ਖਿਲਾਫ਼ ਕਰ ਦਿੱਤਾ ਤੁਸੀਂ ਚੁੱਪ ਨਾ ਰਹਿ ਜਾਓ ਤੇ ਕੋਈ ਦਿਨ ਆਉਣਾ ਤੁਹਾਡੇ ਤੇ ਵੀ ਉਹੀ ਹੋਣਾ ਇਹ ਗੱਲਾਂ ਤਾਂ ਸੁਣਾਓ ਜੇ ਅਸੀਂ ਇਹ ਆਰਗੂ ਕਰਦੇ ਹੋਈਏ ਤੁਹਾਡੇ ਨਾਲ ਵੀ ਅਸੀਂ ਉਹਨਾਂ ਨੂੰ ਚੰਗਾ ਸਮਝਦੇ ਹਾਂ ਇਹ ਤਾਂ ਡਿਸਕਸ਼ਨ ਹੀ ਨਹੀਂ ਹੋਣੀ ਚਾਹੀਦੀ ਜੇ ਇੱਕ ਸਕਾਲਰ ਸਾਡਾ ਬੋਲ ਰਿਹਾ ਅੱਜ ਜਾਣੀ 47 ਚ ਸਾਨੂੰ ਜਰਾਇਮ ਪੇਸ਼ਾ ਕਰਾਰ ਦੇ ਦਿੱਤਾ ਜਿਨ੍ਹਾਂ ਨੇ ਹਨਾ ਸਾਨੂੰ 1920-25 ਤੋਂ ਜਦੋਂ ਤੋਂ ਸ਼੍ਰੋਮਣੀ ਕਮੇਟੀ ਬਣੀ ਆ ਹਨਾ ਉਹ ਅਸੀਂ ਕਦੇ ਮੰਨੀ ਬੈਠੇ ਹਾਂ ਵੀ ਉਹ ਬਣਾਈ ਉਹਨਾਂ ਨੇ ਆ ਹਾਂਜੀ ਜਿਹੜੀ ਅੰਗਰੇਜ਼ੀ ਸਰਕਾਰ ਨੇ ਬਣਾਈ ਆ ਹਿੰਦੂ ਲੋਬੀ ਦੀ ਸਲਾਹ ਨਾਲ ਬਣਾਈ ਆ ਜਿਹੜੇ ਕਾਨੂੰਨ ਉਦੋਂ ਦੇ ਬਣੇ ਉਹ ਹਿੰਦੂਆਂ ਨੇ ਉਦਾਂ ਦੇ ਉਦਾਂ ਹੀ ਰੱਖੇ ਆ ਠੀਕ ਹੈ ਨਾ ਤੇ ਹੁਣ ਸਾਨੂੰ ਇਹ ਗੱਲਾਂ ਕਾਹਤੇ ਸਮਝਾਉਂਦੇ ਆ ਹੁਣ ਤਾਂ ਸਾਨੂੰ ਤੁਸੀਂ ਹੱਲ ਦੱਸੋ ਵੀ ਇਹ ਚੋਂ ਨਿਕਲਣਾ ਕਿੱਦਾਂ ਆ ਉਹਦੇ ਉੱਤੇ ਸੋਲੂਸ਼ਨ ਤੇ ਕੋਈ ਗੱਲ ਨਹੀਂ ਕਰ ਰਹੇ ਬਿਲਕੁਲ ਜਿੰਨਾ ਜ਼ੋਰ ਇਹਨਾਂ ਦਾ ਲੱਗਾ ਆ ਸਾਰੇ ਦਾ ਸਾਰਾ ਸਮੱਸਿਆ ਤੇ ਲੱਗਾ ਆ ਇਹਦੇ ਰਾਹੀਂ ਆਪਣੇ ਆਪ ਨੂੰ ਇੰਪੋਰਟੈਂਟ ਫੀਲ ਕਰਨਾ ਚਾਹੁੰਦੇ ਆ ਜੇ ਭਾਈ ਇਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦਾ ਆ ਤੇ ਇਹਨਾਂ ਨੂੰ ਇਹ ਦਓ ਵੀ ਤੁਸੀਂ ਗਾਹਾਂ ਸੋਲੂਸ਼ਨ ਦੀ ਗੱਲ ਕਰੋ ਹਨਾ ਟ੍ਰੇਡ ਯੂਨੀਅਨਿਸਟ ਨਹੀਂ ਸੀਗਾ ਫਿਰ ਯਹੂਦੀਆਂ ਵਾਸਤੇ ਆਏ ਫਿਰ ਜਿਹੜਾ ਨਾਜ਼ੀਆਂ ਦਾ ਐਕਸ਼ਨ ਯਹੂਦੀਆਂ ਵਾਸਤੇ ਹੋਇਆ ਤੇ ਉਹਨਾਂ ਨੇ ਯਹੂਦੀਆਂ ਨੂੰ ਫੜਨਾ ਮਾਰਨਾ ਜਿਹੜਾ ਜ਼ਹਿਰੀਲੀਆਂ ਗੈਸਾਂ ਚ ਤੇ ਕੰਸੈਂਟਰੇਸ਼ਨ ਕੈਂਪਾਂ ਚ ਲਿਜਾਣਾ ਸ਼ੁਰੂ ਕੀਤਾ ਮੈਂ ਫਿਰ ਵੀ ਪਰਵਾਹ ਨਹੀਂ ਕੀਤੀ ਕਿਉਂਕਿ ਮੈਂ ਯਹੂਦੀ ਨਹੀਂ ਸੀਗਾ ਤੇ ਫਿਰ ਜਦੋਂ ਮੈਨੂੰ ਗ੍ਰਿਫ਼ਤਾਰ ਕਰਨ ਆ ਗਿਆ ਮੈਨੂੰ ਲੈ ਗਏ ਤਾਂ ਮੇਰੇ ਵਾਸਤੇ ਬੋਲਣ ਵਾਲਾ ਕੋਈ ਨਹੀਂ ਸੀਗਾ ਯਾਨੀ ਜਦੋਂ ਉਹਨਾਂ ਨੇ ਸੋਸ਼ਲਿਸਟਾਂ ਨੂੰ ਫੜਿਆ ਤੇ ਅਸੀਂ ਚੁੱਪ ਰਹੇ ਜਦੋਂ ਟ੍ਰੇਡ ਯੂਨੀਅਨ ਵਾਲਿਆਂ ਨੂੰ ਫੜਿਆ ਤੇ ਅਸੀਂ ਸਾਰੇ ਚੁੱਪ ਰਹੇ ਯਹੂਦੀਆਂ ਨੂੰ ਫੜਿਆ ਤੇ ਅਸੀਂ ਸਾਰੇ ਚੁੱਪ ਰਹੇ ਤੇ ਜਦੋਂ ਅਸੀਂ ਬਾਕੀਆਂ ਵੇਲੇ ਚੁੱਪ ਰਹੇ ਨੇ ਆ ਤੇ ਉਹ ਤਾਂ ਖਤਮ ਹੋ ਚੁੱਕੇ ਨੇ ਤੇ ਫਿਰ ਸਾਡੀ ਵਾਰੀ ਕੌਣ ਬੋਲੇਗਾ ਸੋ ਜਦੋਂ ਅਸੀਂ ਦੂਜਿਆਂ ਦੇ ਉੱਤੇ ਜ਼ੁਲਮ ਹੁੰਦੇ ਨੂੰ ਵੇਖ ਕੇ ਜ਼ਿਆਦਤੀ ਹੁੰਦੀ ਵੇਖ ਕੇ ਗਲਤ ਗੱਲਾਂ ਆਉਂਦੀਆਂ ਵੇਖ ਕੇ ਚੁੱਪ ਰਹਿੰਦੇ ਹਾਂ ਤੇ ਸਾਨੂੰ ਸਮਝ ਲੈਣਾ ਚਾਹੀਦਾ ਵੀ ਉੱਥੋਂ ਸਾਡੀ ਵਾਰੀ ਵੀ ਆਉਣ ਵਾਲੀ ਹੈ ਤੇ ਅਸੀਂ ਜਾਣਦੇ ਹਾਂ ਵੀ ਇਹ ਜਿਹੜਾ ਪ੍ਰੋਟੈਸਟੈਂਟ ਪਾਸਟਰ ਸੀਗਾ ਜਿਹੜਾ ਇਸ ਨੂੰ ਕਈ ਸਾਲ ਜਿਹੜਾ ਕੰਸੈਂਟਰੇਸ਼ਨ ਕੈਂਪਾਂ ਵਿੱਚ ਰਹਿਣਾ ਪਿਆ ਸੀ ਕੈਦ ਰਹਿਣਾ ਪਿਆ ਸੀਗਾ ਤੋ ਇਹ ਗੱਲ ਮੈਂ ਜਿਹੜੀ ਮੌਜੂਦਾ ਸਿੱਖ ਸਿਚੁਏਸ਼ਨ ਤੇ ਵੀ ਲਾਉਣੀ ਚਾਹਾਂਗਾ
ਚਲੋ ਇਹ ਤੁਸੀਂ ਹੁਣ ਫਿਰ ਕਿਸੇ ਦਿਨ ਲਾਇਓ ਦਲਗੀਰ ਸਾਹਿਬ, ਆਪਾਂ ਦੇਖਾਂਗੇ ਕੱਲ ਨੂੰ ਬਲਜਿੰਦਰ ਹੁਣੀ ਕੀ ਕਰਨਾ, ਜੇ ਉਹਨਾਂ ਦੇ ਕੋਲ ਕੁਛ ਹੋਇਆ ਸਮਾਂ ਬਚਦਾ ਹੋਇਆ ਤੇ ਉਹ ਇਹਨੂੰ ਵਿਚਾਰ ਲੈਣਗੇ, ਨਹੀਂ ਤਾਂ ਫਿਰ ਆਪਾਂ ਦੇਖਾਂਗੇ ਐਤਵਾਰ ਨੂੰ ਕਿੱਦਾਂ ਦਾ ਮੌਸਮ ਆਉਂਦਾ। ਸ਼ਨਿਚਰਵਾਰ ਨੂੰ ਬਲਜਿੰਦਰ ਹੋਣਾ ਤੇ ਹੈ ਜੀ, ਉਹਨੇ ਵੀਰਵਾਰ ਕਰਨਾ ਜਾਂ ਸ਼ਨਿਚਰਵਾਰ ਕਰਨਾ, ਹਾਂਜੀ ਦੋਹਾਂ ਦਿਨਾਂ ਚੋਂ। ਸ਼ਨਿਚਰਵਾਰ ਨੂੰ ਸ਼ਾਇਦ ਮੈਂ ਪ੍ਰੋਗਰਾਮ ਦੇ ਵਿੱਚ ਨਹੀਂ ਹੋਊਗਾ, ਮੈਂ ਐਤਵਾਰ ਵਾਲਾ ਪ੍ਰੋਗਰਾਮ ਕਰੂੰਗਾ, ਤੇ ਜੇ ਨਾ ਦੋਹਾਂ ਦਿਨਾਂ ਚ ਨਾ ਹੋਇਆ ਤੇ ਸ਼ਨਿਚਰਵਾਰ ਅਸੀਂ ਜ਼ਰੂਰ ਕਰ ਲਾਂਗੇ। ਦਲਗੀਰ ਨੂੰ ਨਿਰਾਸ਼ ਨਹੀਂ ਕਰਨਾ, ਇੱਕ ਦੋ ਗੱਲਾਂ ਗਾਹਾਂ ਜਾ ਕੇ ਕੀਤੀਆਂ ਆ ਜਿਹੜੀਆਂ ਸਾਨੂੰ ਚਾਹੀਦੀਆਂ ਡਿਸਕਸ ਕਰਨੀਆਂ, ਤੇ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਦਲਗੀਰ ਨਾਲ ਫੇਰ ਕਰਨੇ ਦੀ। ਠੀਕ ਹੈ, ਉਹਦੇ ਵਿੱਚੋਂ ਲੱਭਾਂਗੇ ਭਈ ਕੀ ਇਹ ਕਹਿਣਾ ਚਾਹੁੰਦੇ। ਪਰ ਵੱਡੀ ਗੱਲ ਜਿਹੜੀ ਆ ਉਹ ਸਾਨੂੰ ਜ਼ਰੂਰ ਆਪਣੇ ਜ਼ਿਹਨ ਚ ਵਸਾ ਲੈਣੀ ਚਾਹੀਦੀ ਆ ਭਈ ਜਿਹੜੇ ਸਾਡੇ ਸਕਾਲਰ ਆ, ਜਿਹੜੇ ਵਿਦਵਾਨ ਆ ਸਾਡੇ, ਇਹ ਜਿਹੜਾ ਇਹਨਾਂ ਦਾ ਸਮਾਂ ਆ ਨਾ ਉਹ ਵਿਹਾ ਚੁੱਕਾ, ਲੰਘ ਚੁੱਕਾ ਆ। ਇਹਨਾਂ ਨੂੰ ਉਹ ਉਹ ਜਿਹੜਾ ਹੈਗਾ ਭਰੋਸਾ ਨਾ ਉਹ ਗੇਨ ਕਰਨਾ ਪੈਣਾ, ਮੁੜ ਕੇ ਉਹ ਜਿੱਤਣਾ ਪੈਣਾ, ਮੁੜ ਕੇ ਸਲਿਊਸ਼ਨ ਦੱਸ ਕੇ, ਹੱਲ ਦੱਸ ਕੇ, ਪਲੈਨਿੰਗ ਕਰਕੇ, ਵਿਉਂਤਾਂ ਦੱਸ ਕੇ, ਉਹਦੇ ਵਿਉਂਤ ਜਿਹੜੀ ਜਿਹਦੀ ਵਰਕੇਬਿਲਟੀ ਹੋਵੇ, ਜਿਹੜੀ ਸਿਰੇ ਚੜ ਸਕਦੀ ਹੋਵੇ, ਉਹ ਵਿਉਂਤ ਜੇ ਤੇ ਕੰਮ ਕੀਤਾ ਜਾ ਸਕਦਾ ਹੋਵੇ ਉਹਨੂੰ ਦੱਸਣ ਪਏ ਕਿੱਦਾਂ। ਬੇਸ਼ੱਕ ਉਹ ਉਹ 200 ਸਾਲ ਦੀ ਹੋਵੇ, ਭਾਵੇਂ 500, ਗੁਰੂ ਸਾਹਿਬ ਨੂੰ 240 ਸਾਲ ਲੱਗ ਗਏ, ਉਹ ਭਾਵੇਂ 1000 ਸਾਲ ਦੀ ਹੋਵੇ, ਉਹਨੂੰ ਉਹਨੂੰ ਕੁਛ ਕਰਨ ਉਹਦੇ ਉੱਤੇ, ਆਪ ਸਣ ਮੋਹਰੇ ਹੋ ਕੇ ਸਿਰਫ ਕਮਰੇ ਚ ਬੈਠ ਕੇ ਜਿਹੜੀ ਇਹ ਆਪ ਗੱਲ ਕਰ ਰਹੇ ਆ ਉਹਦੀ ਉਹਦੀ ਪ੍ਰੈਕਟੀਕਲਟੀ ਕੋਈ ਨਹੀਂ। ਘੱਟੋ ਘੱਟ ਜਿਹੜੀ ਆਪਾਂ ਗੱਲ ਕਰਦੇ ਸੀ, ਘੱਟੋ ਘੱਟ ਸਾਨੂੰ ਕਬੀਰ ਬਣਨ ਦੇ ਲਈ ਤਿਆਰ ਤਾਂ ਕਰ ਦੇਣ, ਸਾਨੂੰ ਆਪਣੇ ਆਪ ਤੇ ਸਾਡਾ ਭਰੋਸਾ ਤਾਂ ਵੱਧ ਜਾਏ, ਸਾਡਾ ਉਹ ਡਰ ਤਾਂ ਮੁੱਕ ਜਾਏ ਸਾਡਾ। ਹੁਣ ਆ ਦੇਖੋ ਜਦੋਂ ਗੁਰੂ ਦੀ ਗੱਲ ਹੋਈ ਹੈ, ਸ਼ਬਦ ਗੁਰੂ ਦੀ ਗੱਲ ਹੋਈ ਆ, ਜਦੋਂ ਦੇਹ ਗੁਰੂ ਤੋਂ ਛੁਟਕਾਰਾ ਕਰਨ ਦੀ ਗੱਲ ਹੋਈ ਆ, ਹਨਾ ਮਾਸ ਵਾਲਾ ਮਸਲਾ ਕਲੀਅਰ ਹੋ ਗਿਆ, ਕਾਰਾਂ ਵਾਲਾ ਕਲੀਅਰ ਹੋ ਰਿਹਾ ਸਾਡਾ, ਹਨਾ ਜਦੋਂ ਦੇਹ ਸਿੱਖ ਹੀ ਨਹੀਂ ਕਿੰਨਾ ਭਾਰ ਲੈ ਗਿਆ। ਬਿਲਕੁਲ ਜੀ, ਠੀਕ ਹੈ। ਜਿਹੜਾ ਨਿਤਨੇਮ ਦਾ ਕੰਸੈਪਟ ਸੀਗਾ ਕਿੱਦਾਂ ਸਾਡੇ ਸਿਰ ਮੜਿਆ ਜਾ ਰਿਹਾ ਕੱਲ, ਹੁਣ ਜਿਹੜੇ ਜਿਹੜੇ ਟਕਸਾਲੀ ਖੰਡ ਕੀਤੀਆਂ ਜਿਹੜੇ ਦੇਹ ਨੂੰ ਸਾਰਾ ਕੁਛ ਕਰ ਰਹੇ ਆ, ਕਿੰਨਾ ਭਾਰ ਪਾ ਰਹੇ ਆ। ਬਿਲਕੁਲ, ਹਨਾ ਹੁਣ ਇੱਦਾਂ ਇਹ ਭਾਰ ਹੀ ਲਾ ਦੇਣ ਸਾਡਾ ਕੁਛ, ਤਾਂ ਕਿ ਜੇ ਜੇ ਇਹ ਵੀ ਚਾਹੁੰਦੇ ਆ ਕਿ ਸਾਡੀ ਯੋਗਤਾ ਵੱਧ ਕੇ ਅਸੀਂ ਆਪ ਫੈਸਲੇ ਕਰੀਏ, ਸਾਨੂੰ ਸਾਡੀ ਯੋਗਤਾ ਦਾ ਵਧਾ ਦੇਣ, ਉਹ ਸੋਫਟਵੇਅਰ ਨਾਲ ਥੋੜਾ ਹੋ ਜਾਣਾ। ਗੁਰਬਾਣੀ ਦਾ ਕੋਟਾ ਹੀ ਨਹੀਂ ਲਾਇਆ, ਗੁਰਬਾਣੀ ਦਾ ਕੋਟਾ ਸਾਨੂੰ ਲਵਾਈ ਜਾਂਦੇ ਆ, ਪੰਕਤੀਆਂ ਇਹਨਾਂ ਨੂੰ ਆਉਣੀਆਂ, ਪੰਕਤੀਆਂ ਸਾਨੂੰ ਆਈ ਜਾਣੀਆਂ, ਇਹ ਆਪਣੇ ਸਵਾਰਥ ਲਈ ਵਰਤੀ ਜਾਂਦੇ ਸੀ, ਅਸੀਂ ਆਪਣੇ ਲਈ ਵਰਤੀ ਜਾਵਾਂਗੇ, ਉਹਦੇ ਚੋਂ ਅਸੀਂ ਹੱਲ ਕਿੱਦਾਂ ਲੱਭ ਲਾਂਗੇ। ਬਿਲਕੁਲ ਬਿਲਕੁਲ, ਉਹ ਚੀਜ਼ ਜਾਣੀ ਚਾਹੀਦੀ ਆ ਸਾਨੂੰ, ਸਰੋਤਿਆਂ ਨੂੰ ਸਾਰਿਆਂ ਨੂੰ ਆਪਣੇ ਆਪ ਦੇ ਅੰਦਰ ਪਾਲਣੀ ਤੇ ਇਹ ਚੀਜ਼ ਨੂੰ ਪਛਾਣਨਾ ਵੀ ਇਹ ਕਿਹੜੇ ਆਗੂ, ਕਿਹੜੇ ਲੀਡਰ, ਕਿਹੜੇ ਵਿਦਵਾਨ, ਕਿਹੜੇ ਸਕਾਲਰ ਦੇ ਕੋਲ ਹੈਗੀ ਆ, ਕਿੱਥੋਂ ਮਿਲ ਸਕਦੀ ਆ ਸਾਨੂੰ, ਮਿਲਦੀ ਵੀ ਹੈ ਜਾਂ ਨਹੀਂ, ਅਸੀਂ ਕੁਛ ਕਰ ਵੀ ਰਹੇ ਹਾਂ ਜਾਂ ਨਹੀਂ, ਸਾਨੂੰ ਫਾਇਦਾ ਵੀ ਹੋ ਰਿਹਾ, ਜੋ ਇਹ ਦੇਣਾ ਚਾਹੁੰਦੇ ਆ ਉਹ ਸਾਡੇ ਕੰਮ ਆਊਗਾ ਜਾਂ ਨਹੀਂ। ਬਸ ਜਿੱਦਣ ਇਹ ਸਾਰਾ ਕੁਛ ਸਾਡੇ ਆਪਣੇ ਜ਼ਿਹਨ ਦੇ ਵਿੱਚ ਆ ਗਿਆ, ਜਿੱਦਣ ਅਸੀਂ ਇਹਦਾ ਮੰਥਨ ਸ਼ੁਰੂ ਕਰ ਦਿੱਤਾ, ਉੱਦਣ ਰਿਜੈਕਸ਼ਨ ਸ਼ੁਰੂ ਹੋ ਜਾਣੀ, ਉੱਦਣ ਸ਼ਾਂਤੀ ਲੱਗਣ ਲੱਗ ਪੈਣੀ ਆ, ਉੱਦਣ ਪਰੇਸ਼ਾਨ ਨਾ ਲੱਗ ਜਾਣਾ, ਉੱਦਣ ਪਰਖਣ ਲੱਗ ਪੈਣਾ, ਗ੍ਰੇਡਿੰਗ ਹੋਣ ਲੱਗ ਪੈਣੀ ਆ ਵੀ ਇਹ ਕੰਮ ਦਾ ਹੈ, ਇਹ ਨਹੀਂ, ਇਹ ਸਾਂਭ ਲਈਏ, ਇਹਨੂੰ ਛੱਡ ਦਈਏ। ਉਹ ਗ੍ਰੇਡਿੰਗ ਜਿਹੜੀ ਆ ਨਾ ਉਹੀ ਜ਼ਰੂਰੀ ਆ। ਬਸ ਉਹ 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 ਆ ਗਈ, ਸਾਡੇ ਸਾਡਾ ਪ੍ਰੋਸੈਸ ਲੱਗ ਗਿਆ ਅਤੇ ਸਾਰਾ ਕੁਛ ਹੋ ਜਾਣਾ। ਧੰਨਵਾਦ ਜੀ, ਮਿਲਾਂਗੇ ਆਪਾਂ ਐਤਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।